ਔਰ ਇਲਾਕੇ ਦੇ ਵਿੱਚ ਵੱਡਾ ਨਾਮ ਹੈ ਦੁਨੀਆ ਭਰ ਦੇ 17 ਦਾ ਡੀਪੀ ਸਾਹਿਬ ਰਹਿੰਦੇ ਪਲੇਅਰ ਕਿੱਥੇ ਆ ਜੀ ਬਣੀਏ ਕਿਹਦਾ ਸਰਵਣ ਵੀ ਮੈਦਾਨ ਦੇ ਵਿੱਚ ਆ ਰਿਹਾ ਬੇਨਤੀ ਹੈ ਵੀ ਪਲੇਅਰਾਂ ਨੂੰ ਅੱਗੇ ਆ ਲੈਣ ਦੀ ਪਲੇਅਰਾਂ ਨੂੰ ਜਿਹੜੇ ਭਰਾ ਐਂਟਰੀ ਗੇਟ ਤੇ ਖੜੇ ਆ ਉਹ ਪਲੇਅਰਾਂ ਨੂੰ ਅੱਗੇ ਆ ਲੈਣ ਦਿਓ ਬਹਾਦਰ ਨਗਰੀ ਆ ਗੁਰਚਰਨ ਜੀ ਨੇ ਇੱਟਾਂ ਭੰਨੀਆਂ ਆਪਾਂ ਉਹਦਾ ਵੀ ਮਾਣ ਸਨਮਾਨ ਕਰਾਂਗੇ ਬਹੁਤ ਬਹੁਤ ਧੰਨਵਾਦ ਹੈ ਵੀਰਾਂ ਦਾ ਖੇਡ ਮੈਦਾਨ ਵਿੱਚ ਮੁਕਾਬਲਾ ਬਹੁਤ ਤਕੜਾ ਖੇਡਿਆ ਜਾਵੇਗਾ ਐਨ ਸਿਰੇ ਦੀ ਟੱਕਰ ਦੋ ਟੀਮਾਂ ਦੇ ਦਰਮਿਆਨ ਉੱਧਰ ਗੁਰਚਰਨ ਬਹਾਦਰ ਨਗਰ ਵਾਲਾ ਆਇਆ ਦਰਸ਼ਕਾਂ ਦੀ ਕਚਹਿਰੀ ਵਿੱਚ ਆਵੇਗਾ ਆਪਾਂ ਜ਼ਰੂਰ ਮਾਣ ਤੇ ਸਨਮਾਨ ਕਰਨਾ ਹੈ ਡੀਪੀ ਸਾਹਿਬ ਦੀ ਟੀਮ ਰਹਿੰਦੇ ਪਲੇਅਰ ਗਰਾਊਂਡ ਦੇ ਵਿੱਚ ਆ ਜਾਣ ਰਹਿੰਦੇ ਪਲੇਅਰ ਰੁੱਖ ਰੋ ਪਿਆ ਕੁਹਾੜੇ ਵਿੱਚ ਵੇਖ ਦਸਤਾ ਟੱਕ ਜੜ੍ਹਾਂ ਨੂੰ ਲਾਇਆ ਤੇ ਆਪਣਿਆਂ ਨੇ ਬੁਲਬੁਲ ਰੋ ਪਈ ਮਾਲਣ ਹੱਥ ਵੇਖ ਸੂਈ ਛੇਕ ਫੁੱਲਾਂ ਵਿੱਚ ਪਾਇਆ ਤੇ ਆਪਣਿਆਂ ਨੇ ਕਲਗੀ ਵਾਲੇ ਦੇ ਜਿਗਰ ਦੇ ਟੋਟਿਆਂ ਨੂੰ ਨੀਹਾਂ ਵਿੱਚ ਚਣਵਾਇਆ ਤੇ ਆਪਣਿਆਂ ਨੇ ਅੱਜ ਕਲੰਜਰਾਂ ਦੀ ਧਰਤੀ ਮਾਝੇ ਦੀ ਧਰਤੀ ਹੈ ਤੇ ਸੁਪਰ ਡੁਪਰ ਪਲੇਅਰ ਆਏ ਹੋਏ ਨੇ ਇੱਕ ਪਾਸੇ ਤੋਤਾ ਸਿੰਘ ਵਾਲੇ ਦੀ ਟੀਮ ਡੀ ਪੀ ਸਾਹਿਬ ਦੀ ਟੀਮ ਹੋਵੇਗੀ ਤੇ ਦੂਜੇ ਪਾਸੇ ਫਤਿਹਾਬਾਦ ਦੀ ਟੀਮ ਖੇਡੇਗੀ ਅੱਜ ਕਹਿੰਦੇ ਵੀ ਪੂਰੇ ਚੋਟੀ ਦੇ ਪਲੇਅਰ ਅੱਜ ਕਲੰਜਰਾਂ ਦੀ ਧਰਤੀ 'ਤੇ ਆਏ ਹੈ ਜੇਕਰ ਪਲੇਅਰ ਵਧੀਆ ਆਏ ਤਾਂ ਇੱਕ ਵਾਰੀ ਤਾੜੀ ਮਾਰ ਦਿਓ ਪਲੇਅਰਾਂ ਦੇ ਨਾਮ 'ਤੇ ਉੱਧਰ ਨਾਲ ਧੰਨਵਾਦ ਕਰਦਾ ਮੈਂ ਯਾਨੀ ਪ੍ਰਬੰਧਕ ਕਮੇਟੀ ਦਾ ਅਤੇ ਉਸਤਾਦ ਜੀ ਵੀ ਆਏ ਹੋਏ ਨੇ ਬੂਟਾ ਉਮਰੀਆਣਾ ਜੀ ਅੱਜ ਕਬੱਡੀ ਦੇ ਬੋਲ ਸਾਂਝੇ ਕਰਨਗੇ ਨਾਲ ਵਰਿੰਦਰ ਵੀ ਆਇਆ ਹੈ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਵੀ ਸੱਜਣ ਮਿੱਤਰ ਆਏ ਹੋਏ ਨੇ ਰਹਿੰਦੇ ਪਲੇਅਰ ਆ ਜਾਣ ਜੀ ਕਿਰਪਾ ਕਰਕੇ ਪਟਵਾਰੀ ਸਾਹਿਬ ਲਿਆਓ ਯਾਰ ਰਹਿੰਦੇ ਪਲੇਅਰ ਵੀ ਅਮਰ ਵੀ ਆ ਗਿਆ ਕੱਸਾਂ ਵਾਲਾ ਨਾਲ ਗੱਭਰੂ ਟੀਨਾ ਬੌਲੀਆਂ ਵਾਲਾ ਅਤੇ ਲੋਪੋਕੇ ਦਾ ਰਾਣਾ ਵੀ ਮੈਦਾਨ ਦੇ ਵਿੱਚ ਆ ਗਿਆ ਔਰ ਕੁੱਲ ਮਿਲਾ ਕੇ ਸਾਰੇ ਪਲੇਅਰ ਮੈਦਾਨ ਦੇ ਵਿੱਚ ਆ ਗਏ ਹੈ ਕੌਰ ਜੀ ਆਪਾਂ ਟਾਸ ਕਰ ਦਈਏ ਦੋ ਟੀਮਾਂ ਦੀ ਹੋ ਗਈ ਹੈ ਜੀ ਫਰਨਦੀਪੁਰੀਆ ਤਾਰ ਟੀ ਸ਼ਲ ਅਤੇ ਮਲੀਏ ਪਾਸਾ ਭਰਾ ਮੇਰੇ ਆ ਜਲਦ ਇਸ ਮੈਚ ਦੀ ਸ਼ੁਰੂਆਤ ਹੋਵੇਗੀ ਔਰ ਜਿਹੜੇ ਕਰਦੇ ਕਬੱਡੀ ਨੂੰ ਪਿਆਰ ਤੇ ਆਉਂਦੇ ਯਾਰ ਉਹ ਟਾਈਮ ਕੱਢ ਕੇ ਜਿਹਨੇ ਲੈਣਾ ਹੈ ਨਜ਼ਾਰਾ ਸਾਨਾਂ ਦੀਆਂ ਟੱਕਰਾਂ ਦਾ ਅਤੇ ਬਹਿ ਜਾਓ ਯਾਰ ਉਹ ਲੈਣ ਛੱਡ ਕੇ ਥੋੜ੍ਹਾ ਥੋੜ੍ਹਾ ਪਿੱਛੇ ਰਿਹੋ ਮੇਰੀ ਬੇਨਤੀ ਹੈ ਜਿਹੜੇ ਭਰਾ ਅੰਦਰ ਆ ਕੇ ਬੈਠ ਗਏ ਆ ਔਰ ਮਾਲਵਾ TV.com ਪੂਰੀ ਦੁਨੀਆ ਵਿੱਚ ਅੱਜ ਦਾ ਜਿਹੜਾ ਮੇਲਾ ਟੈਲੀਕਾਸਟ ਕਰ ਰਿਹਾ ਕਾਕਾ ਢੋਟੀਆਂ ਵਾਲਾ ਵੀ ਮੈਦਾਨ ਦੇ ਵਿੱਚ ਹੈ ਕੌਰ ਜੀ ਕਿੰਨਾ ਕਿੰਨਾ ਟਾਈਮ ਹੋਵੇਗਾ ਜ਼ਰੂਰ ਦੱਸ ਦਿਓ 20:15 ਦਾ ਟਾਈਮ ਕੁੱਲ ਮਿਲਾ ਕੇ 35 ਮਿੰਟ ਦਾ ਮੁਕਾਬਲਾ ਖੇਡਿਆ ਜਾਵੇਗਾ ਮੀਰਪੁਰੀਆ ਭਿੰਦਾ ਸਾਡਾ ਭਰਾ ਉਸ ਵੀਰ ਦਾ ਵੀ ਧੰਨਵਾਦ ਹੈ ਮੰਨਿਆ ਤਾਰੀਏ ਟੀ ਸ਼ਰਟ ਤੇ ਮੱਲੀਏ ਪਾਸਾ ਵੀਰ ਮੇਰੇ ਉਸਤਾਦ ਜੀ ਓ ਦੇਖੋ ਤਾਬਾ ਆ ਗਿਆ ਮਾਵੇ ਵਾਲਾ ਤਾਬਾ ਇੱਕ ਤਾੜੀ ਤਾਬੇ ਦੇ ਨਾਮ ਤੇ ਮਾਰਿਓ ਮੈਚ ਬਹੁਤ ਤਕੜਾ ਖੇਡਿਆ ਜਾਵੇਗਾ ਮਹਾਵੇ ਵਾਲਾ ਤਾਬਾ ਤਾਬੇ ਦੀਆਂ ਵੀ ਕਲਿੱਪਾਂ ਬੜੀਆਂ ਕੱਟ ਕੱਟ ਕੇ ਪੈਂਦੀਆਂ ਫੇਸਬੁੱਕ ਯੂਟਿਊਬ ਤੇ ਐਨ ਮੀਰਪੁਰੀਆ ਸਵਾਦ ਆ ਜਾਊਗਾ ਕਿਉਂਕਿ ਦੁਨੀਆ ਸਵਾਦ ਭਾਲਦੀ ਆ ਦੁਨੀਆ ਨਜ਼ਾਰਾ ਭਾਲਦੀ ਆ ਜਿਹੜੇ ਹਿਸਾਬ ਨਾਲ ਜ਼ਮਾਨਾ ਚੱਲਦਾ ਉਹ ਗੱਲਾਂ ਹੋਣੀਆਂ ਉਸੇ ਹਿਸਾਬ ਨਾਲ ਪੈਂਦਾ ਚੱਲਣਾ ਦੋ ਟੀਮਾਂ ਦੇ ਦਰਮਿਆਨ ਐਨ ਸਿਰੇ ਦੀ ਟੱਕਰ ਰਹਿਣ ਵਾਲੀ ਸਾਈਡ ਜਿਹੜੀ ਟੀਮ ਆ ਗਈ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲਾ ਗੁਰਵਿੰਦਰ ਪੁਆਇੰਟਾਂ ਦੀ ਡਿਊਟੀ ਕੀਤੀ ਆ ਭਰਾ ਜ਼ਰੂਰ ਦੱਸਿਓ ਪੁਆਇੰਟਾਂ ਵਾਲਾ ਵੀਰ ਸਾਡਾ ਬਹੁਤ ਬਹੁਤ ਧੰਨਵਾਦ ਹੈ ਔਰ ਦੂਸਰੇ ਬੰਨੇ ਟੀਮ ਚਲੀ ਗਈ ਆ ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਕਲੱਬ ਖੰਡੂਰ ਸਾਹਿਬ ਦੀ ਖੇਡ ਕਲੱਬ ਇਹਨਾਂ ਟੀਮਾਂ ਦੇ ਦਰਮਿਆਨ ਐਨ ਸਿਰੇ ਦੀ ਟੱਕਰ ਅਤੇ ਸਿਰੇ ਦਾ ਮੈਚ ਮਾਲਵਾ TV.com ਵੱਡੀਆਂ ਗੱਲਾਂ ਹੋਣਗੀਆਂ 21 ਤਰੀਕ ਨੂੰ ਮੁਦਗੀ ਦਾ ਕਬੱਡੀ ਕੱਪ ਹੈ 20 ਤਰੀਕ ਨੂੰ ਰਿਸ਼ਪਾਲ ਸਾਡਾ ਭਰਾ ਕੈਰੋਂ ਵਾਲਾ ਕਹਿੰਦਾ ਵੀ ਸੰਘਿਆਂ ਵਿੱਚ ਰੌਣਕਾਂ ਲੱਗਣਗੀਆਂ 18 ਤੇ 19 ਨੂੰ ਕਹਿੰਦੇ ਵੱਡਾ ਕੱਪ ਹੋਵੇਗਾ ਨਿਹਾਲ ਸਿੰਘ ਵਾਲਾ ਮੰਡੀ ਦਾ ਜੈਰੋ ਚੇਚੇ ਤੌਰ 'ਤੇ ਪੁੱਜੇਗਾ ਨੌਰਥ ਫੈਡਰੇਸ਼ਨ ਦਾ ਕੱਪ ਹੋਵੇਗਾ 15 ਤਰੀਕ ਨੂੰ ਮਨਸੂਰਵਾਲ ਦਾ ਮੇਲਾ ਉੱਥੇ ਵੀ ਵੱਡਾ ਕਬੱਡੀ ਕੱਪ ਹੈ 16 ਨੂੰ ਮੁੰਡਾ ਪਿੰਡ ਅਤੇ 17 ਨੂੰ ਮੱਲ ਮੋਰੀ ਵੱਡੀਆਂ ਰੌਣਕਾਂ ਲੱਗਣਗੀਆਂ ਦਰਸ਼ਕ ਵੀਰੋ ਜ਼ੋਰਦਾਰ ਤਾੜੀ ਮਾਰ ਦਈਏ ਪਹਿਲੀ ਰੇਡ ਹਾਂ ਇਹ ਕਹਿੰਦੇ ਕੰਗ ਕੱਲੇ ਦੀ ਧਰਤੀ ਦਾ ਇਹਨੂੰ ਸਿੰਮੂ ਕਹਿੰਦੇ ਆ ਮੇਰੇ ਮਿੱਤਰੋ ਡੇਢ ਵਾਲੀ ਰੇਡ ਸਾਹਮਣੇ ਗੱਭਰੂ ਨੇ ਪਾਤੀ ਮੇਰੇ ਮਿੱਤਰੋ
ਹੁਣ ਦੇਖਾਂਗੇ ਚੌਹਾਂ ਦੇ ਵਿੱਚੋਂ ਡੇਢ ਵਾਲੀ ਪਹਿਲੀ ਰੇਡ ਦੇ ਉੱਪਰ ਆਓ ਸੁੱਖਾ ਸ਼ੂਸ਼ਕ ਦੀ ਧਰਤੀ ਦਾ ਕੋਸ਼ਿਸ਼ ਕਰ ਰਿਹਾ ਤੇ ਪੁਆਇੰਟ ਰੇਡਰ ਦੇ ਜਾ ਹਿੱਸੇ ਜੁੜਿਆ ਪਹਿਲੀ ਰੇਡ ਕਹਿੰਦੇ ਉਧਰਲੇ ਬੰਨੇ ਤੋਤਾ ਸਿੰਘ ਵਾਲੀ ਦੀ ਟੀਮ ਦੀ ਤਰਫੋਂ ਮੈਨੂੰ ਜਾਪਦਾ ਵੀ ਟੀਨਾ ਬੌਲੀਆਂ ਵਾਲਾ ਤੁਰਿਆ ਆਉਂਦਾ ਹੈ ਆਓ ਫਰੰਦੀਪੁਰੀਆ ਵੀ ਤਿਆਰ ਹੈ ਅੱਜ ਉਸਤਾਦ ਤੇ ਚੇਲਾ ਇਕੱਠੇ ਖੇਡਦੇ ਜਦੋਂ ਕਹਿੰਦੇ ਆਹ ਟੀਮ ਲਈ ਤੇ ਗੱਲਾਂ ਫਰੰਦੀਪੁਰ ਦੀ ਖੇਡ ਕਲੱਬ ਲਈ ਹੁੰਦੀਆਂ ਅੱਜ ਉਸਤਾਦ ਚੇਲਾ ਭਰਾਵਾਂ ਦੇ ਕਰਕੇ ਪੁੱਜੇ ਹੋਏ ਹੈ ਲਾਲਪੁਰੀਏ ਮੰਨੇ ਦੇ ਕਰਕੇ ਆਏ ਹੋਏ ਹੈ ਖੰਡੂਰ ਸਾਹਿਬ ਦੇ ਸੱਤੂ ਕਰਕੇ ਆਏ ਹੋਏ ਹੈ ਔਰ ਕਹਿੰਦੇ ਗੁਰਦਿੱਤ ਭਰਾ ਦੇ ਕਰਕੇ ਪੁੱਜੇ ਹੋਏ ਹੈ ਉਧਰਲੇ ਬੰਨੇ ਸਕੇ ਭਰਾਵਾਂ ਵਰਗੇ ਹੈ ਰਿੰਕੂ ਪਟਵਾਰੀ ਤੇ ਗੁਰਬਖਸ਼ ਸਿੰਘ ਸਿੰਘ ਡੀ ਪੀ ਸਾਹਿਬ ਲੈ ਵੀ ਗਰਜੰਟ ਪੈਂਦੀ ਰੇਡ ਤੇ ਕਰ ਗਏ ਉਹ ਕਹਿੰਦੇ ਵੀ ਟੀਨਾ ਬੌਲੀਆ ਵਾਲਾ ਕਬੱਡੀ ਭਾ ਰਿਹਾ ਇੱਕ ਪਾਸੇ ਫਰੰਦੀਪੁਰੀਆ ਗੋਪੀ ਨਾਲ ਸਿੱਖ ਸਰਦਾਰ ਗੱਭਰੂ ਹਰਪਾਲ ਕਾਲਵਾਂ ਵਾਲਾ ਤੇ ਪੁਆਇੰਟ ਟੀਨੇ ਟੀਨੇ ਮੰਨਣਾ ਪੈਣਾ ਵੀਰ ਮੰਨਣਾ ਪੈਣਾ ਆਓ ਜਫਾ ਲੱਗ ਗਿਆ ਸਾਰਾ ਗਰਾਊਂਡ ਫਾਸਟ ਆਊਟ ਹੈ ਔਰ ਅਗਲੀ ਰੇਡ ਕਹਿੰਦੇ ਅਜੇ ਕਾਲਮਾਂ ਦੀ ਧਰਤੀ ਦਾ ਮੁੰਡਾ ਪਾਉਣ ਦੇ ਲਈ ਵਾਧਾ ਹੋਇਆ ਨਾ ਕੋਈ ਉਹਨਾਂ ਵਰਗਾ ਹੋਇਆ ਤੇ ਨਾ ਕੋਈ ਉਹਨਾਂ ਵਰਗਾ ਹੋਣਾ ਕਿ ਜੁਗੋ ਜੁਗ ਗੱਲਾਂ ਚੱਲਦੀਆਂ ਰਹਿਣਗੀਆਂ ਉਸ ਦਰਵੇਸ਼ ਦੀਆਂ ਕੌਣ ਕਰੂਗਾ ਰੀਸਾਂ ਕਲਗੀ ਧਰ ਦਸ਼ਮੇਸ਼ ਦੀਆਂ ਕੌਣ ਕਰੂਗਾ ਰੀਸਾਂ ਕਲਗੀ ਧਰ ਦਸ਼ਮੇਸ਼ ਦੀਆਂ ਲਓ ਕਬੱਡੀ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਗੱਭਰੂ ਵਕੀਲਾਂ ਵਾਲਾ ਉਹ ਖੂਬੀ ਪੱਟ ਲੱਗਾ ਹੋਇਆ ਹੈ ਖੇਡ ਦੇ ਮੈਦਾਨ ਵਿੱਚ ਰਾਣੇ ਦੀਆਂ ਗੱਲਾਂ ਹੋਣੀਆਂ ਇਹ ਬੱਲੇ 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 ਸਿੱਖ ਸਰਦਾਰ ਗੱਭਰੂ ਕਦੇ ਤਵੀਆਂ ਤੇ ਕਦੇ ਛਵੀਆਂ ਤੇ ਕਦੇ ਤਲਵਾਰਾਂ ਦੀਆਂ ਨੋਕਾਂ ਤੇ ਕੀ ਲਫਜ਼ਾਂ ਵਿੱਚ ਬਿਆਨ ਕਰਾਂ ਉਹ ਕੀ ਗੁਜਰੀ ਆਸ਼ਕ ਲੋਕਾਂ ਤੇ ਸੁੱਖੇ ਨਾਲ ਟਰਾਈ ਤੇ ਪੁਆਇੰਟ ਰੇਡਰ ਦੇ ਖਾਤੇ ਵੀ ਜੁੜ ਗਿਆ ਹੈ ਆਓ ਕਬੱਡੀ ਪੈ ਰਹੀ ਹੈ ਫਰੰਦੀਪੁਰੀਆ ਗੋਪੀ ਲੱਗਾ ਹੋਇਆ ਹੈ ਸੁੱਖੇ ਦੀ ਰੇਡ ਪੈ ਰਹੀ ਹੈ ਇੱਕ ਪਾਸੇ ਕੌਣ ਕਹਿੰਦੇ ਹਰਦਾਸੇ ਵਾਲਾ ਸੁੱਖ ਇਸ ਸਮੇਂ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਸਾਧੂ ਸਿੰਘ ਦੇ ਦੋ ਪੁੱਤਰ ਖੇਡਦੇ ਆ ਇੱਕ ਹਰਦਿਆਲ ਤੇ ਇੱਕ ਆਹ ਨੌਜਵਾਨ ਕਹਿੰਦੇ ਕੈਨੇਡਾ ਵੀ ਖੇਡ ਆਇਆ ਤੇ ਯੂਰਪ ਦੇ ਵਿੱਚ ਗੱਲ ਹੋਈ ਹੈ ਆਹ ਬੱਗੀ ਤਿੱਤਰੀ ਕਮਾਦੋ ਨਿਕਲੀ ਉੱਡਦੀ ਨੂੰ ਬਾਜ ਪੈ ਗਿਆ ਇਹਨੂੰ ਢੋਟੀਆਂ ਵਾਲਾ ਕਾਕਾ ਕਹਿੰਦੇ ਆ ਇਹਦਾ ਪਤੰਦਰ ਗਿੱਟਿਆਂ 'ਚ ਟੋਪੀ ਵਾਲੇ ਕੈਲੀ ਠੋਕ ਦਿੰਦਾ ਆਓ ਸਾਹਮਣੇ ਆਹ ਮੁੰਡਾ ਕਹਿੰਦੇ ਬੰਗਲਾ ਰਾਏ ਪਿੰਡ ਵਾਲਾ ਦਾ ਪਿੰਡ ਕੋਟਪੁੱਟ ਦੇ ਲਾਗੇ ਕਰਕੇ ਹੈ ਇਹ ਬਲਕਾਰੇ ਬੰਨ ਦਾ ਤਰਾਸ਼ਿਆ ਹੋਇਆ ਕਿ ਮੁਰਸ਼ਦਾਂ ਬਾਜ ਨਾ ਰਾਹ ਹੱਥਾਂ ਦੇ ਤੇ ਦੁੱਧਾਂ ਬਾਜ ਨਾ ਰਹੀਦੀ ਖੀਰ ਸਾਈਂ ਆਓ ਸਾਹਮਣੇ ਬੰਗਲਾ ਰਾਏ ਵਾਲੇ ਸ਼ਿੰਦੂ ਦੀ ਪਾਈ ਰੇਡ ਹੈ ਲਵਪ੍ਰੀਤ ਹੋਰਾਂ ਨੇ ਕੁਸ਼ਤੀ ਬੜੀ ਟੌਪ ਦੀ ਕੀਤੀ ਹੈ ਪਰ ਇੱਧਰਲੇ ਬੰਨੇ ਮੜੀਏ ਕਿਹਦਾ ਸਰਵਣ ਆਓ ਦੋ ਗੱਭਰੂ ਭਿੜਦੇ ਵਿੱਚ ਮੈਦਾਨ ਦੇ ਹੁਣ ਦੇਖਾਂਗੇ ਬੰਗਲਾ ਰਾਏ ਵਾਲਾ ਭੱਜੂ ਜਾਂ ਮੜੀਏ ਕਿਹਦੇ ਸਰਵਣ ਦੀ ਟੱਕਰ ਕਿ ਜੱਟ ਜਹਾਜ਼ਾਂ ਦੀਆਂ ਚਾਦਰਾਂ ਵਰਗੇ ਭਿੜਨ ਮੈਦਾਨਾਂ 'ਚ ਅਮਰ ਦੀ ਰੇਡ ਗਰਜੰਟ ਕਰ ਗੱਲ ਅਮਰ ਦੀ ਰੇਡ ਪੈ ਰਹੀ ਹੈ ਸਿੱਖ ਸਰਦਾਰ ਗੱਭਰੂ ਕਬੱਡੀ ਭਾ ਰਿਹਾ ਹੈ ਚਾਰ ਜਾਫੀ ਖੜੇ ਹੋਏ ਨੇ ਆਓ ਫਤਿਹਾਬਾਦੀ ਟੀਮ ਇੱਕ ਪਾਸੇ ਲੱਦੂ ਵਾਲਾ ਪ੍ਰੀਤ ਮੰਨਿਆ ਤੇ ਪਰਮੰਨਿਆ ਦੂਜੀ ਕੰਨੀ ਫਰੰਦੀਪੁਰੀਏ ਨਾਲ ਮੱਲੀ ਹੋਈ ਹੈ ਹਿਮਾਲਿਆ ਪਰਬਤ ਹੈ ਗੱਲ ਕਹਿੰਦੇ ਹਰਪਾਲ ਕਾਲਵਾਂ ਦੀ ਵੀ ਚੱਲਦੀ ਹੈ ਆਓ ਚਾਰ ਜਾਫੀ ਲੱਗੇ ਹੋਏ ਅਮਰ ਦੀ ਰੇਡ ਪੈ ਰਹੀ ਹੈ ਨਿੰਦੀ ਵੀ ਸਾਡਾ ਵੀਰ ਆਇਆ ਹੈ ਜੱਜ ਵੀ ਆਇਆ ਕੀਪਾ ਬਣਾਵੇਂ ਵਾਲਾ ਹੀਰੇ ਵਰਗੇ ਆਏ ਹੋਏ ਨੇ ਟੱਚ ਕਹਿੰਦੇ ਵੀ ਆਓ ਗੱਭਰੂ ਨੂੰ ਤੇ ਪੁਆਇੰਟ ਰੇਡਰ ਦੇ ਖਾਤੇ ਵੀ ਜੁੜ ਗਿਆ ਹੈ ਮਨਦੀਪ ਸਿੰਘ ਮੰਨਾ ਲਾਲਪੁਰੀਆ ਕਬੱਡੀ ਭਾ ਰਿਹਾ ਹੈ ਚਾਰ ਜਾਫੀ ਤੋਤਾ ਸਿੰਘ ਵਾਲੇ ਦੀ ਟੀਮ ਦੇ ਆਓ ਲਾਲਪੁਰੀਆ ਮੰਨਾ ਜਿਹਨੂੰ ਮੰਨੇ ਦਾ ਸਰੀਰ ਵਧੀਆ ਲੱਗਦਾ ਇੱਕ ਵਾਰੀ ਤਾੜੀ ਮਾਰ ਦਿਓ ਦਰਸ਼ਕ ਵੀਰਿਓ ਆਓ ਲਾਲਪੁਰੀਆ ਮੰਨਾ ਦੁਨੀਆ ਕਬੱਡੀ ਦਾ ਗੁਰਦਾਸ ਮਾਨ ਕਹਿੰਦੀ ਇਸ ਨੌਜਵਾਨ ਨੂੰ ਇਹ ਹੈ ਬਸਰਾ ਬ੍ਰਦਰ ਦਾ ਚਹੇਤਾ ਆਓ ਕਹਿੰਦੇ ਭਗਵਾਨਪੁਰੀਏ ਮਨੂ ਹੋਰਾਂ ਦਾ ਗਗਨ ਬਾਬਾ ਬਕਾਲਾ ਸਾਹਿਬ ਦਾ ਚਹੇਤਾ ਖੇਡਦਾ ਕਹਿੰਦੇ ਭਗਵਾਨਪੁਰ ਦੀ ਖੇਡ ਕਲੱਬ ਲਈ ਜਿਹੜੀ ਕਹਿੰਦੇ ਟੀਮ ਵੱਡੇ ਵੱਡ ਦੀ ਟੀਮ ਹੈ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਵਿੱਚ ਬੜਾ ਵੱਡਾ ਨਾਮ ਹੈ ਦੁਨੀਆ ਭਰ ਦੇ ਮੈਦਾਨਾਂ ਵਿੱਚ ਸਾਡਾ ਭਰਾ ਕਹਿੰਦੇ ਗਗਨ ਬਾਬਾ ਬਕਾਲਾ ਸਾਹਿਬ ਦੀ ਧਰਤੀ ਅਤੇ ਭਗਵਾਨਪੁਰੀਏ ਮਨੂ ਸਾਡੇ ਵੀਰ ਦਾ ਬਹੁਤ ਵੱਡਾ ਨਾਮ ਹੈ ਕਬੱਡੀ ਦੀ ਦੁਨੀਆ ਦੇ ਵਿੱਚ ਤਾਬਾ ਮੁਹਾਵੇ ਪਿੰਡ ਵਾਲਾ ਜਦੋਂ ਭੇੜ ਹੁੰਦਾ ਫਰੰਦੀਪੁਰੀਏ ਗੋਪੀ ਨਾ ਲੋਕੀ ਕੱਟ ਕੱਟ ਕੇ ਫੇਸਬੁੱਕ ਤੇ ਪਾ ਦਿੰਦੇ ਆ ਲਾ ਉਧਰਲੇ ਬੰਨੇ ਮੈਂ ਚਾਕੀ ਵਾਲਾ ਕੌਰ ਫੈਸਲਾ ਕਰ ਗਿਆ ਵੀ ਪੁਆਇੰਟ ਜਿਹੜਾ ਉਹ ਜਾਫੀਆਂ ਦਾ ਪੁਆਇੰਟ ਲੱਦੂ ਵਾਲੇ ਪ੍ਰੀਤ ਦਾ ਪੁਆਇੰਟ ਕਹਿੰਦੇ ਲੱਦੂ ਵਾਲੇ ਪ੍ਰੀਤ ਦਾ ਪਿਆਰ ਨਾ ਤਾਬਿਆ ਕੋਈ ਗੱਲ ਨਹੀਂ ਆ ਜਾ ਵੀਰੇ ਪਿਆਰ ਦੇ ਨਾਲ ਹੀ ਪਿਆਰ ਜੱਗੇ ਦੀ ਰੇਡ ਆ ਗੁਰਜੰਟ ਕਰ ਗੱਲ ਜੱਗੇ ਦੀ ਰੇਡ ਪੈ ਰਹੀ ਹੈ ਸਿੱਖ ਸਰਦਾਰ ਗੱਭਰੂ ਕਬੱਡੀ ਭਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਆਓ ਕਹਿੰਦੇ ਕੋਠੇ ਉੱਤੇ ਚੜ੍ਹ ਜਿਹੜਾ ਗਵਾਂਢ ਵੱਲ ਝਾਕਦਾ ਕਿ ਟਾਈਮ ਦਾ ਨਹੀਂ ਪੱਕਾ ਜਿਹੜਾ ਪੰਜ ਮਿੰਟ ਆਖਦਾ ਚੁੰਨੀ ਕਦੇ ਵੀ ਲੀਰਾ ਉਹਦੇ ਕਰੀਏ ਨਾ ਜਿਹਦੇ ਭਾਈ ਨਾਲ ਕੱਪੜੇ ਵਟਾ ਕੇ ਪਾਈ ਦੇ ਕੱਦ 4 ਫੁੱਟ ਹੈ ਭਾਵੇਂ ਹੋਵੇ 6 ਫੁੱਟ ਆਓ ਸਾਹਮਣੇ ਵਾਹ ਵਾਹ ਐਨ ਬੱਲੇ 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 ਹੋ ਗਈ ਹੈ ਲੱਗਦਾ ਡੀ ਪੀ ਸਾਹਿਬ ਜਿੱਦਾਂ ਰੌਲਾ ਜਿਹਾ ਪੈਣਾ ਸ਼ੁਰੂ ਹੋ ਗਿਆ ਨਾ ਪਿੰਦਿਆ
ਸੌ ਰੱਬ ਦੀ ਨਿਬੇੜੇ ਕਿਸੇ ਗੱਲ ਨਾ ਹੋਣਗੇ, ਆ ਮੈਚ ਦੇ ਨਿਬੇੜੇ ਕਿਸੇ ਗੱਲ ਨਾ ਹੋਣਗੇ। ਕੌਰ ਜੀ ਅੱਜ ਤਾਂ ਲੱਗਦਾ ਮੈਚ ਇੱਦਾਂ ਦਾ ਦੋ ਅੱਖਾਂ ਨਾਲ ਕੰਨਾਂ ਨਾਲ ਵੀ ਵੇਖਣੇ ਪੈਣੇ ਆ, ਫੈਸਲੇ ਉਹ ਹੋਣੇ ਆ। ਲਓ ਟੀਨਾ ਬੌਲੀਆਂ ਵਾਲਾ ਫਰੰਦੀ ਪ੍ਰਿਆ ਹੋ ਯਾਰਾ ਲਾਗੇ, ਇਹ ਵੀ ਮੁੰਡਾ ਬੜਾ ਤੇਜ਼ ਆ, ਜਾਂ ਕਹਿ ਆਪਣੇ ਚੇਲੇ ਬਾਲਕੇ ਨੂੰ ਜਾਂ ਛੱਡ ਕਾਲਮਾਂ ਦੇ ਹਰਵਾਲ ਨੂੰ, ਦੋ ਨੰਬਰ ਤੋਂ ਕਹਿੰਦੇ ਕਾਕਾ ਵੀ ਬੜਾ ਤੇਜ਼ ਹੈ। ਆਹ ਟੀਨਾ ਬੌਲੀਆਂ ਵਾਲਾ ਉੱਡ ਜੂ ਕਰਦਾ ਮੁੰਡਾ, ਆਹ ਬੱਲੇ 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 ਬੱਲੇ, ਉਹ ਪਤੰਦਰਾ ਇਹ ਤਾਂ ਪਤੰਦਰ ਕਹਿੰਦੇ ਚੀਚੀ ਫੜ ਲੈ, ਉਹ ਨਹੀਂ ਛੱਡਦਾ, ਤੂੰ ਤਾਂ ਲੱਕ ਫੜਾਤਾ, ਉਹ ਤੂੰ ਤਾਂ ਲੱਕ ਫੜਾਤਾ, ਐਨ ਤਗੜਾ ਜਫਾ ਲੱਗ ਗਿਆ, ਖੁੱਬੀ ਪੱਟਾ ਤੁਹਾਡਾ ਭਾਈ ਫੜ ਲਿਆ ਅਗਲਿਆਂ ਨੇ। ਆਓ ਸਿੰਮੂ ਦੀ ਰੇਡ ਤੇ ਰਿਜੰਟ ਕਰ, ਸਿੰਮੂ ਕਬੱਡੀ ਭਾ ਰਿਹਾ ਏ ਖੇਡ ਮੈਦਾਨ ਵਿੱਚ, ਨੁਕਰੇ ਘੋੜੇ ਜਿੱਤੇ ਆਨੰਦਪੁਰ ਸਾਹਿਬ ਦੀ ਕਬੱਡੀ ਸਿਪ ਦੇ ਵਿੱਚ, ਤਕੜੀ ਕਹਿੰਦੇ ਵੀ ਗੇਮ ਵਿਖਾਈ ਹੈ, ਇੱਕ ਪਾਸੇ ਸੁੱਖਾ ਲੱਗਾ ਹੋਇਆ ਏ, ਲਾਓ ਕਹਿੰਦੇ ਖੁੱਬੀ ਪੱਟ ਲੱਗਾ ਦੋ ਨੰਬਰ ਤੋਂ, ਇਹ ਰਾਣਾ ਲੋਪੋ ਕੇ ਵਾਲਾ ਤੇ ਪੁਆਇੰਟ ਕਹਿੰਦੇ ਵੀ ਰੇਡਰ ਦੇ ਖਾਤੇ ਵੀ ਜੁੜ ਗਿਆ, ਔਰ ਰੇਡਰ ਕਹਿੰਦੇ ਆਪਣੀ ਟੀਮ ਦੇ ਸਿਰ ਤਗੜਾ ਪੁਆਇੰਟ ਜੁੜ ਗਿਆ, ਔਰ ਕਹਿੰਦੇ ਬਾਪ ਤਗੜਾ ਖੇਡਿਆ, ਵੀਰ ਤਗੜਾ ਖੇਡਿਆ, ਪੁੱਤ ਦੀ ਚੜ੍ਹਾਈ ਆ ਮੇਰੇ ਮਿੱਤਰੋ। ਇਧਰਲੇ ਬੰਨੇ ਕਹਿੰਦੇ ਸੁੱਖ ਅਰਦਾਸੇ ਦੀ ਰੇਡ ਹੈ, ਮਹੀਆਂ ਵਾਲੇ ਦੇ ਲਾਗੇ ਕਰਕੇ ਵੱਡਾ ਪਿੰਡ ਹੈ, ਔਰ 4 ਤੇ 3 ਤਰੀਕ ਸ਼੍ਰੋਮਣੀ ਭਗਤ ਬਾਬਾ ਦੁਨੀ ਚੰਦ ਵੱਡਾ ਕਬੱਡੀ ਕੱਪ, ਹੋਏ ਕੈਮਰਾ ਹੋਏ ਕੈਮਰਾ, ਮਾਲਵਾ ਟੀ ਵੀ ਵਾਲਿਆਂ ਮੁੜ ਕੇ ਪੁੱਠੀ ਜੀ ਫੋਟੋ ਆਉਣੀ ਹੈ ਅਤੇ ਪਰੇ ਕਰ ਲੈ ਇੱਥੋਂ ਚੱਕ ਕੇ। ਬਹੁਤ ਬਹੁਤ ਧੰਨਵਾਦ। ਅਗਲੀ ਰੇਡ ਅਜੇ ਦੀ ਤੇ ਗੁਰਜੰਟ ਕਰ ਗੱਲ ਦੀ, ਅਜੇ ਕਾਹਲਵਾਂ ਵਾਲਾ ਕਬੱਡੀ ਭਾ ਰਿਹਾ ਹੈ, ਉਹ ਕਹਿੰਦੇ ਵੀ ਸਿੱਖ ਸਰਦਾਰ ਫਤਿਹਾਬਾਦ ਦੀ ਟੀਮ, ਉਹ ਕਹਿੰਦੇ ਗਰਾਊਂਡ ਦੇ ਵਿੱਚ 4 ਜਾਫੀ ਤੋਤਾ ਸਿੰਘ ਦੇ, ਉਹ ਡੀ ਪੀ ਸਾਹਿਬ ਵੀ ਆਏ ਹੋਏ ਨੇ ਮਾਲਵਾ ਟੀ ਵੀ ਦੇ ਦਰਮਿਆਨ, ਅੱਜ ਦੁਨੀਆ ਭਰ ਦੇ ਵਿੱਚ ਲਾਈਵ ਕੀਤਾ ਜਾ ਰਿਹਾ ਹੈ ਮੰਨੀ ਅਤੇ ਪਰਵਾਨੀ ਵੈਬਸਾਈਟ ਪਰ, ਕਹਿੰਦੇ ਵਕੀਲਾਂ ਵਾਲਾ ਸੋਨੀ, ਵਕੀਲਾਂ ਵਾਲਾ ਸੋਨੀ, ਵਕੀਲਾਂ ਵਾਲਾ ਸਿੱਖ ਸਰਦਾਰ, ਅਜੇ ਤੇ ਸੋਨੀ ਸੋਨੀ ਤੇ ਸਾਹਮਣੇ ਅਜੇ ਆ ਮੇਰੇ ਮਿੱਤਰੋ, ਐਨ ਸਵਾਦ ਕਬੱਡੀ ਦਾ ਐਨ ਤਗੜਾ ਮੁਕਾਬਲਾ ਖੇਡਿਆ ਜਾ ਰਿਹਾ ਦੋ ਟੀਮਾਂ ਦੇ ਦਰਮਿਆਨ। ਆਓ ਅਮਰ ਹੈ ਕਹਿੰਦੇ ਘੱਸਾਂ ਵਾਲਾ ਅਗਲੀ ਰੇਡ ਪਾਵੇਗਾ, ਅੱਜ ਸ਼ਹੀਦ ਬਾਬਾ ਭੂਪ ਸਿੰਘ ਦਾ ਮੇਲਾ ਹੈ, ਗੱਲਾਂ ਵੱਡੀਆਂ ਕਹਿੰਦੇ ਸਿੱਖ ਕੌਮ ਦਾ ਮਾਣ ਹੈ, ਸਾਡੇ ਸਰਮਾਇਆ ਹੁੰਦੇ ਆ ਕੌਮ ਦੇ ਸ਼ਹੀਦ, ਔਰ ਸਾਹਮਣੇ ਨੌਜਵਾਨ ਉਧਰਲੇ ਬੰਨੇ ਬਾਰਡਰ ਦੇ ਰਾਖੇ ਭਰਾ ਸਾਡੇ ਫੌਜੀ, ਉਹ ਵੀ ਕਹਿੰਦੇ ਵੱਡਾ ਪਿਆਰ ਕਰਦੇ ਆ ਕਬੱਡੀ ਨੂੰ ਜਿੱਥੇ ਵੀ ਡਿਊਟੀਆਂ ਹੁੰਦੀਆਂ। ਆਓ ਲੱਦੂ ਵਾਲਾ ਪ੍ਰੀਤ ਮੇਰੇ ਮਿੱਤਰੋ, ਸਰਦਾਰ ਦਰਬਾਰਾ ਸਿੰਘ ਦਾ ਪੁੱਤਰ ਜਿਵੇਂ ਜੱਗਾ ਅਲਗੋ ਵਾਲਾ ਖੇਡਦਾ ਉਸੇ ਤਰ੍ਹਾਂ, ਆਹ ਵੀ ਮੁੰਡੇ ਦੀ ਚਰਚਾ ਮੇਰੇ ਮਿੱਤਰੋ, ਆਓ ਘੱਸਾਂ ਵਾਲਾ ਅਮਰ ਰਿੰਕੂ ਪਟਵਾਰੀ ਦੇ ਪਿੰਡਾਂ ਦਾ ਅਗਲੀ ਰੇਡ, ਲਾਲਪੁਰੀਆ ਮੰਨਾ ਤੁਰਿਆ ਆਉਂਦਾ ਕਿ ਝੂਲ ਝੂਲ ਕੇ ਤੁਰਦਾ, ਜਿਵੇਂ ਰਾਵੀ ਵਗਦੀ ਹੈ ਕਿਸੇ ਦੇ ਪੱਟ ਸੋਹਣੇ ਕਿਸੇ ਦੀ ਛਾਤੀ ਫੱਬਦੀ ਹੈ। ਔਰ ਰਿਸ਼ਪਾਲ ਬੌਲੀਆਂ ਵਾਲਿਆ, ਫੜਨਾ ਤਾਂ ਮੰਨੇ ਨੂੰ ਫੜੋ, ਫੜਨਾ ਤਾਂ ਮੰਨੇ ਨੂੰ ਫੜੋ, ਇਹਨੂੰ ਘੱਟ ਜੱਫੇ ਲੱਗਦੇ ਆ ਸੁੱਖਿਆ, ਮੰਨਾ ਫੜਨਾ ਬੜਾ ਔਖਾ, ਮੰਨਾ ਫੜਨਾ ਬੜਾ ਔਖਾ, ਆਹ ਮੰਨਾ ਮੰਨਾ ਹੋ ਗਈ ਮੇਰੇ ਮਿੱਤਰੋ, ਐਂ ਲੱਗਦਾ ਜਿਵੇਂ ਰੱਬ ਨੇ ਦੋ ਬੰਦੇ ਜੋੜੇ ਹੁੰਦੇ ਆ, ਆਹ ਲਾਲਪੁਰੀਆ ਮੰਨਾ ਭੱਜ ਗਿਆ। ਅਗਲੀ ਰੇਡ ਤਾਬਾ ਮਹਾਵੇ ਵਾਲਾ, ਤਾਬਿਆ ਜਿਹੜੀਆਂ ਕਸਰਾਂ ਪਿਛਲੀ ਰੇਡ 'ਤੇ ਰਹਿ ਗਈਆਂ ਸੀਗੀਆਂ, ਕੱਢ ਲਾ ਹੁਣ ਮੁੰਡਿਆ, ਐਨ ਵੇਖ ਲਾ ਕੌਰ ਲਾਗੇ ਹੋ ਗਏ, ਇਹ ਫੌਜੀ ਦਾ ਵੀਰ ਹੈ, ਉਹ ਬਾਰਡਰ ਏਰੀਏ ਦਾ ਕਹਿੰਦੇ ਮਹਾਵਾ ਪਿੰਡ, ਅਤੇ ਤਾਬਾ ਵੀ ਕਹਿੰਦੇ ਦੁਨੀਆ ਦਾ ਵੱਡਾ ਮੱਲ, ਫਰੰਦੀਪੁਰੀਆ ਤਿਆਰ ਤਿਆਰ ਹੈ ਕਹਿੰਦੇ, ਉਹ ਸਾਹਮਣੇ ਟੱਕਰ, ਓ ਹੋ ਹੋ, ਜੇ ਨਾ ਵੀ ਕੈਮਰਾ ਚੱਕਿਆ ਇਹਨਾਂ ਨੇ ਚੁਕਾ ਦੇਣਾ ਲੱਗਦਾ, ਰਿਜੰਟ ਕਰ ਗੱਲ ਪਈ, ਉਹ ਕਹਿੰਦੇ ਵੀ ਚੁਕਾ ਦੇਣਾ ਉਸਤਾਦਾ ਪੱਕੀ ਗੱਲ ਆ, ਉਹ ਕਹਿੰਦੇ ਵੀ ਸ਼ਿੰਦੂ ਕਬੱਡੀ ਭਾ ਰਿਹਾ ਹੈ, ਬੰਗਲੇ ਰਾਏ ਵਾਲਾ ਕਬੱਡੀ ਭਾ ਰਿਹਾ ਹੈ, ਉਹ ਕੱਦ ਉੱਚਾ ਲੰਮਾ ਹੈ ਗੱਭਰੂ ਦਾ ਰਿਸ਼ਪਾਲ, ਕੱਜ ਕੁਝ ਕਰਨਾ ਪੈਣਾ, ਜਾਂ ਸੁੱਖੇ ਨੂੰ ਕਹਿ ਦੇ, ਜਾਂ ਰਾਣੇ ਨੂੰ ਛੱਡ ਦੇ, ਜਾਂ ਸਰਵਣ ਨੂੰ ਛੱਡ ਦੇ ਬਣੀ ਕੇ ਵਾੜੀਆਂ ਵਾਲੇ ਨੂੰ, ਉਹ ਕਬੱਡੀ ਪੈ ਰਹੀ ਹੈ ਜਾਫੀ 4, ਉਹ ਕਬੱਡੀ ਕਬੱਡੀ ਕਬੱਡੀ, ਰਾਣਾ ਲੋਪੋਗੇ ਵਾਲਾ, ਰਾਣਾ ਲੋਪੇਗੇ ਵਾਲਾ, ਦੂਜੇ ਪਾਸੇ ਬਲਕਾਰੇ ਬੰਨ ਦਾ ਚੰਡਿਆ ਹੋਇਆ ਅਤੇ ਪੁਆਇੰਟ ਰੇਡਰ ਦੇ ਖਾਤੇ ਵੀ ਜੁੜ ਗਿਆ ਹੈ, ਟੀਨਾ ਆ ਗਿਆ ਬੌਲੀਆਂ ਵਾਲਾ ਕਬੱਡੀ ਪਾਉਣ ਲਈ ਸਰਦਾਰ ਭਾਗ ਸਿੰਘ ਨੂੰ, ਉਹ ਕਹਿੰਦੇ ਵੀ ਮਾਣ ਆਪਣੇ ਪੁੱਤਰ ਦੀ ਖੇਡ ਤੇ, ਇੱਕ ਪਾਸੇ ਫਰੰਦੀਪੁਰੀਆ ਮੱਲੀ ਪਰਿਵਾਰ ਦਾ ਲੱਗਾ ਹੋਇਆ ਹੈ, ਲਾਖਣੇ ਵਾਲਾ ਹਰਚੰਦ ਹਰਪਾਲ ਦੀਆਂ ਗੱਲਾਂ ਵੱਖਰੀਆਂ, ਉਹ ਟੀਨੇ ਦੀ ਰੇਡ ਪੈ ਰਹੀ ਹੈ ਫਰੰਦੀਪੁਰੀਆ, ਕੁਝ ਕਰਨਾ ਪੈਣਾ ਇਲਾਕਾ ਮਾਝੇ ਦਾ ਹੈ, ਉਹ ਚੰਗੇ ਬੰਦੇ ਕਿੱਥੇ ਵਾਸਤੇ, ਜੱਗ ਨੂੰ ਚਾਨਣ ਕਰ ਜਾਏਗੀ, ਮਾਝੇ ਵਰਗੇ ਵੀਰ ਨਹੀਂ ਲੱਭਣੇ, ਲੱਭਦੀ ਜਿੰਦੇ ਮਰ ਜਾਏਗੀ, ਇਹ ਟੀਨਾ ਤੇ ਹਰਪਾਲ ਤੇ ਪੁਆਇੰਟ, ਟੀਨਾ ਆਪਣੇ ਖਾਤੇ ਜੁੜ ਗਿਆ ਹੈ, ਜੱਗੇ ਦੀ ਰੇਡ ਤੇ ਉਸਤਾਦ ਜੀ ਕਰਨਗੇ ਗੱਲ, ਲਾ ਮਧਰੀ ਗੋਡੀ ਦਾ ਖਿਡਾਰੀ ਹੈ ਕਹਿੰਦੇ ਜੱਗਾ ਮੇਰੇ ਮਿੱਤਰੋ, ਜੱਗਾ ਕਾਲਮਾ ਵਾਲਾ, ਐਨ ਦੁਨੀਆ ਦੇ ਵੱਡੇ ਮੱਲ ਹੈ ਰਿਸ਼ਪਾਲ ਸਿੰਘ, ਨੌਜਵਾਨਾਂ ਸਮਾਂ ਬੀਤਦਾ ਜਾ ਰਿਹਾ, ਮੈਚ ਕਹਿੰਦੇ ਸਿਰੇ ਦਾ ਹੋਵੇਗਾ, ਔਰ ਜਦੋਂ ਕਹਿੰਦੇ ਗੱਲਾਂ ਹਾਫ ਤੋਂ ਬਾਅਦ ਚੱਲਣਗੀਆਂ
फिर तो कहते अग निकलनी शुरू हो जानी है। मालवा टीवी डॉट कॉम का कैमरा साढ़े भरा पूरी दुनिया में टैलीकास्ट कर रहे हैं। एक बन्ने जग्गा 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 आओ शूक का तूफान बिच गहरे झल्लों के कदे शेर नहीं रेंदे गुजे कौन ठल्ले तूफाना जग्या तेनों पॉइंट ना मिल पॉइंट मिल गया रौला ना पा खुसरे नूं बधाई ना हुंदा खिडारी नूं पॉइंट ना हुंदा जे मिल जे ते रौला नहीं पाईदा जे मिल जे ते रौला नहीं पाईदा पानी च मधाणी नहीं पाउणी चाहीदी कि पानी विच मधाणी पाउंदे अकल जिन्हां नूं थोड़ी आओ गुस्से करके घरों भजाती मिनटां दे नाल मोड़ी लै वी कीतिया की फैसला वीरा रैफरी का फैसला अंतम होवेगा कृपा करके डिसीजन रेशम कोई गल नहीं वीरे कई बार हो जाती है मिस्टेक रेशम कोई गल नहीं रेशम हरपाल कोई गल नहीं कई बार मिस्टेक हो जाती है प्यार नाल कोई गल नहीं रेफरी हो जाता क्योंकि लैंड मैन है नहीं गे भरावा कोई गल नहीं मिलजुल के हुंदा है जो एक जज तो कम वीर दे फिर दो जज बहिंदे है ऐदा ही हुंदा है। और नौबती ना आवे गीतिया थोड़ा लागे होके मेरे मित्रों जिहड़े फैसले लै लईए कृपा करके अज मैच एक भज दौड़ करनी पैनी है कौर ढिड वाला पानी हिलाना पैना लगता आओ सामने आ गया यामा राय वाला आए थप्पे थप्पे दे पट्टा वाला आए गाचौड़ी छाती वाला पंजाब पुलिस भी आ गई है साड़ी पंजाब पुलिस का भी बहुत बहुत धन्यवाद है गरजेंट पैंदी रेड ते कर गल कहने भी रेशम की रेड पै रही है यामा राय वाला कबड्डी पा रहा है खेड मैदान रिशपाल राणा सरवण ते गल सुखे ने भी तगड़ी है देखांगे चौहान भरावां विचों कौन ए सुखा 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 ए भले 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 आओ हंदिया विचकार मुकाबला दो साण भिड़के ओ भिड़के आओ भिड़के आओ सामने कहिंदे कमाल हो गई है मेजे मनावे का भी कहते बड़ा बड़ा नाम है कबड्डी की दुनिया के राल चाल के कृपाले साध दियां गल्लां महेंद्र मम्मण के दियां गल्लां प्यार नाल आ भी जरा नौजवान है पा भी कबड्डी रेशम कोई गल नहीं नौजवान है एन प्यार की खेड है खेडा जोड़दियां ना कि तोड़दियां खेडा प्यार वधाउंदियां ने डाउ सामने कहिंदे कसा मला अमर इस समय कबड्डी पा रहा निशान ढिलो बैरीगेट का धन्यवाद है प्रीत लग जाए एक बारी नौजवाना लिया दे नजारा बढ़ जा लती हिमालिया पर्वत गोपी फरंदीपुरिया पर नहीं तो पॉइंट आओ कसामला योधा कसामला अमर मेरे मित्रों अपनी टीम के हिस्से जोड़ता होया हजे तक रविंदर सिंह जो 20 मिनट लंघ गए ना गड्डिया बड़िया इंजन गर्म हो गए फिर रेडीरेट के भाफा के बुलबुले निकलने शुरू हो जाने हैं क्योंकि 20-15 का टाइम किसी गल ना ही होना है। ला उधरले बन्ने सिमू आ गया कंकले की धरती का मापिया का सिमरनजीत सिंह है तो कबड्डी वाले का सिमू है यदा कंग कला पिंड है फतेहाबाद खंडूर साहब के लागे करके आओ गीता फैसला करता पॉइंट रेडर का रेड ताबे की बोल गर्जेंट लाओ कहने भी ताबे की रेड पै रही है खेड मैदान कुछ कसरा रह गया उस्ताद ने कहा बाकी ने आओ फरंदीपुरिया लगे ते ताड़ी मार देनी दर्शकों ने आओ पब्बा पार हो जाना है फरंदीपुरिया आओ घूरिया वड़दा जे सामने हो फिर बननी है या प्रीत आओ काका काका टोटिया वाला मैनों लगता आहो ताबा ताबा रुकन के मूड दे विच नहीं मैनू लगता टोटिया वाला तो रखिया ही इसे काम है भी रेडर रज के दो नंबर तो खज्जल करता है ये रखिया ही इसे काम है हरचंद लाखने वाला भरा साडा गां जीती है करी वाले की धरती से बाबा दर्शन सिंह जी बोरी वाले महापुरशा ने कहते बलैतन गां दिती है हरचंद लाखने वाले साढ़े भरा ला उधरले बने अजय कालमा की रेड आओ सामने ये आ रिशपाल बौलिया वाला आओ टीने के पिंडा का मुंडा मेरे मित्रों नहीं जफा ला सकया आए टीना बौलिया वाला रंगले पंजाब की रंगली खेड है दुनिया चाहती है भी टक्कर बड़े मल्लां दी और कबड्डी के सुपरस्टारां दी टक्कर इस मैदान दे विच है कलंजरां दी धरती है सारी गुरद्वारा प्रबंध कमेटी का धन्यवाद है बहुत प्यारे वीर ने मिलजुल के जो आए साल आप बजुर्ग नूं पिछे कर लो बापू बार बह जा ग्राउंड चो सैड दिओ के भेड़ साना दे आओ गोपी दे कहिंदे मुंडा टीना लै वी गरजंट शिंदू आ गया बंगले राय वाला कबड्डी पा रहा है रिशपाल ने तैयारी फड़ ली है
ਕਹਿੰਦੇ ਵੀ ਵਕੀਲਾਂ ਵਾਲੇ ਨੇ ਕੁਝ ਕਹਿ ਦਿੱਤਾ ਸਰਵਣ ਦੇ ਕੰਨ ਦੇ ਵਿੱਚ, ਗੱਲ ਵੱਖਰੀ ਕਰਨੀ ਪੈਣੀ ਹੈ, ਜਾਂ ਰਾਣਿਆ ਹੋ ਸਾਹਮਣੇ ਲੋਪੋਗੇ ਵਾਲਿਆ, ਜਾਂ ਸਰਵਣ ਨੂੰ ਛੱਡ ਦੇ, ਜਾਂ ਕਹਿੰਦੇ ਵਕੀਲਾਂ ਵਾਲਾ ਸੋਨੀ ਕਰੂ ਗੱਲ, ਜਾਂ ਛਪਾਲ ਪੌੜੀਆਂ ਵਾਲਾ। ਆਓ ਕਹਿੰਦੇ ਵੀ ਬਲਕਾਰੇ ਬਣ ਦਾ ਤਰਾਸ਼ਿਆ ਹੋਇਆ, ਇਹ ਭੱਲੇ 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 ਬੱਗੀ ਤਿੱਤਰੀ ਕਮਾਤੋਂ ਨਿੱਤਰੀ ਤੇ ਉੱਡਦੀ ਨੂੰ ਬਾਜ ਪੈ ਗਿਆ, ਉੱਡਦੀ ਨੂੰ ਬਾਜ ਪੈ ਗਿਆ। ਉਹਨੇ ਸ਼ਿੰਦੂ ਫੜ ਲਿਆ ਲੱਗਦਾ, ਇਹ ਆ ਬਣੀਏ ਕਿਹਦਾ ਸਰਵਣ ਮੇਰੇ ਮਿੱਤਰੋ, ਮੈਨੂੰ ਸੁੱਖ ਨਹੀਂ ਜਾਪਦੀ। ਦੋ ਕੰਨੀਆਂ ਦੇ ਕਹਿੰਦੇ ਗੱਭਰੂ ਐਨ ਸਿਰੇ ਦੇ ਲੱਗੇ ਹੋਇਆ, ਲੈ ਵੀ ਸੁੱਖ ਪਾ ਕਬੱਡੀ, ਸੁੱਖ ਨਾ ਸੁੱਖ ਦੀ ਨੂੰ ਆ ਦਿਨ ਆਏ, ਬੰਨਾ ਬੰਨੀ ਬਾਹਰ ਖੜੇ, ਪਾਣੀ ਮਾਰ ਲੈ ਪੰਨੇ ਦੀ ਏ ਮਾਏ, ਲਓ ਸੁੱਖ ਦੀ ਪਾਈ ਹੋਈ ਰੇਡ, ਇਹ ਚਾਰ ਤਿਆਰ ਨੇ। ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਕਲੱਬ ਖੰਡੂਰ ਸਾਹਿਬ, ਮੈਂ ਕਿਹਾ ਸੀ ਹਰਦਾਸੇ ਵਾਲਿਆ, ਮੈਂ ਕਿਹਾ ਸੀ ਸੁੱਖ ਨਹੀਂ ਜਾਪਦੀ, ਕਿਹਾ ਸੀ ਮੈਂ ਕਿਹਾ ਸੀ ਮੰਨਣਾ ਪੈਣਾ, ਮੰਨਣਾ ਪੈਣਾ ਪਿਆਰ ਨਾਲ। ਖੇਡ ਮੈਦਾਨ ਵਿੱਚ ਰੌਲਾ ਨਹੀਂ ਸੁੱਖ, ਰੌਲਾ ਨਹੀਂ, ਰੌਲਾ ਨਹੀਂ ਨੌਜਵਾਨਾਂ, ਪਿਆਰ ਦੇ ਨਾਲ ਹੀ ਫੈਸਲੇ ਹੋ ਗਏ ਹੈ, ਫੈਸਲੇ ਹੋਏ ਨਹੀਂ ਅਗਲੇ ਨੇ ਕਰਤੇ ਹੈ। ਆਹ ਲਾਲਪੁਰੀਏ ਮੰਨੇ ਨੂੰ ਫੜੋ, ਜੇ ਫੜਨਾ ਤਾਂ ਆਹ ਸਾਹਮਣੇ ਇਹ ਮੁੰਡੇ ਦੀ ਕੰਡ ਨੂੰ ਕਹਿੰਦੇ ਘਾਟੀ ਮਿੱਟੀ ਲੱਗਦੀ ਹੈ, ਖੱਖਾਂ ਵਿੱਚੋਂ ਕਹਿੰਦੇ ਫੋੜ ਜਿੱਤਿਆ, ਆਓ ਲਾਲਪੁਰੀਆ ਮੰਨਾ, ਫੜ 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 ਹੋਏ ਕਿੱਥੇ, ਆਓ ਲਾਲਪੁਰੀਆ ਮੰਨਾ, ਆਓ ਲਾਲਪੁਰੀਆ ਮੰਨਾ ਭੱਜ ਗਿਆ, ਲਾਲਪੁਰੀਆ ਮੰਨਾ ਭੱਜ ਗਿਆ ਹੈ। ਆਓ ਅਮਰ ਆ ਗਿਆ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ, ਖੁੱਬੀ ਪੱਟਾ ਇਹਨੂੰ ਫੜਨਾ ਪੈਣਾ, ਨਹੀਂ ਤਾਂ ਇਹਨੇ ਐਨ ਸਾਰੀ ਰਾਤ ਐਂ ਪਾਈ ਜਾਣੀਆਂ, ਕਿਉਂਕਿ ਮੰਨਾ ਜਿੱਥੇ ਵੀ ਖੇਡਦਾ ਤੇ ਬਹਿ ਜਾ ਕਰਾਉਂਦਾ। ਕਸਾਂ ਵਾਲੇ ਅਮਰ ਦੀ ਰੇਡ ਗ੍ਰਜੰਟ ਕਰ ਗਏ, ਆਓ ਕਸਾਂ ਵਾਲਾ ਅਮਰ ਕਬੱਡੀ ਭਾ ਰਿਹਾ, ਹਰਚੰਦ ਨੇ ਜੱਫਾ ਲਾਇਆ ਏ, ਆਓ ਬੱਲੇ ਬੱਲੇ ਕਰਾ ਦਿੱਤੀ ਹੈ, ਇੱਕ ਪਾਸੇ ਹਰਪਾਲ ਲੱਗਾ ਹੋਇਆ ਏ, ਆਓ ਗੁਰਵਿੰਦਰ ਦਾ ਪੇਂਡੂ ਇੱਕ ਪੰਨੀ ਦੇ ਨਾਲ, ਹਰਚੰਦ ਲਾਖਣੇ ਵਾਲਾ ਫਰਦੀਪੁਰੀਆ ਗੋਪੀ, ਆਓ ਲੱਦੂ ਵਾਲਾ, ਲੱਦੂ ਵਾਲਾ, ਪਰ ਕਹਿੰਦੇ ਵੀ ਹਰਚੰਦ ਆਓ ਪੁਆਇੰਟ ਰੇਡਰ ਦਾ ਪਿਆਰ ਨਾ, ਪਿਆਰ ਨਾ, ਮੇਰੀ ਬੇਨਤੀ ਹੈ ਪਿਆਰ ਦੇ ਨਾਲ, ਪਿਆਰ ਨਾ ਯਾਰਾ ਕੀ ਹੋ ਗਿਆ, ਪੁਆਇੰਟ ਪਿਆਰ ਨਾਲ, ਪਿਆਰ ਨਾਲ, ਨਾ ਰੌਲਾ ਨਾ ਪਾਓ, ਮੇਰੀ ਬੇਨਤੀ ਹੈ ਦੋਵਾਂ ਟੀਮਾਂ ਨੂੰ ਪਿਆਰ ਦੇ ਨਾਲ ਹੀ ਐਨ ਸਿਰੇ ਦੀ ਖੇਡ। ਫੈਸਲਾ ਕੀ ਔਰ ਪੁਆਇੰਟ ਰੇਡਰ ਦਾ ਮੈਚ ਤਗੜਾ ਤੇ ਖੜਕਾ ਦੜਕਾ ਹੀ ਹੋਣਾ ਵੀ ਹੈ ਪਿਆਰ ਨਾਲ ਹੀ। ਕਲੰਜਰਾਂ ਵਾਲਿਓ ਸਵਾਦ ਆ ਰਿਹਾ ਤੇ ਤਾੜੀ ਮਾਰੋ ਇੱਕ ਵਾਰੀ ਖੁੱਲ ਕੇ, ਟੀਮਾਂ ਦੋਵੇਂ ਤਗੜੀਆਂ। ਉਧਰ ਸਰਤਾਰ ਸਟੂਡੀਓ ਵਾਲਾ ਸਾਡਾ ਵੀਰ ਵੀ ਆਏ, ਅੜੇ ਮੈਚ ਵਿੱਚ, ਅੜੇ ਮੈਚ ਵਿੱਚ ਰੈਫਰੀ ਜਾਣ ਛਡਾਉਂਦਾ ਫਿਰ ਇਹੋ ਜਿਹੇ ਟਾਈਮ ਤੇ ਰੱਬ ਹੀ ਚੇਤੇ ਆਉਂਦਾ, ਉਹ ਗੱਲ ਹੋਈ ਪਈ ਆ। ਪ੍ਰੀਤ ਕੋਈ ਗੱਲ ਨਹੀਂ, ਨੌਜਵਾਨਾਂ ਰੇਡ ਪਾਓ ਜਿਹੜੇ ਖਿਡਾਰੀ ਦੀ ਹੈਗੀ ਆ, ਆਹ ਨੌਜਵਾਨਾਂ ਰੇਸ਼ਮ ਪਾ ਕਬੱਡੀ ਗੱਭਰੂਆ, ਰੇਸ਼ਮ ਕਬੱਡੀ ਪਾ, ਗੱਲ ਦਾ ਖਹਿੜਾ ਛੱਡੀ ਦਾ ਰੇਸ਼ਮਾ, ਕੋਈ ਗੱਲ ਨਹੀਂ ਯਾਰ, ਮੈਚ ਚੱਲਣ ਦਿਓ, ਮੈਚ ਵੇਖੋ ਕਿੱਡਾ ਤਕੜਾ, ਪਿਆਰ ਨਾਲ ਰੇਡ ਪਾਓ ਜੀ ਦੀ ਹੈਗੀ ਹੈ। ਆਹ ਫਰੰਦੀਪੁਰੀਏ ਗੋਪੀ ਨੇ ਕਹਿ ਦਿੱਤਾ ਵੀ ਮੈਚ ਚਾਲੂ ਕਰ ਦਈਏ, ਤਾੜੀ ਮਾਰੋ ਇੱਕ ਵਾਰੀ ਦਰਸ਼ਕ ਵੀਡੀਓ ਮੈਚ, ਆਹ ਜੱਗੇ ਦੀ ਔਰ ਥੋੜਾ ਡਿਸੀਜਨ ਨੇੜੇ ਹੋ ਕੇ ਲੈ ਲਓ ਯਾਰ, ਇਦਾਂ ਬਾਰ ਬਾਰ ਰੌਲਾ ਕਿਉਂ ਪੈਂਦਾ, ਪਲੀਜ਼ ਮੇਰੀ ਬੇਨਤੀ ਹੈ, ਦੋ ਰੈਫਰੀ ਲੱਗੇ ਹੋਏ ਤਾਂ ਵੀ ਰੌਲਾ ਪੈਂਦਾ ਕਿਉਂ ਪੈਂਦਾ। ਔਰ ਸਾਹਮਣੇ ਕਬੱਡੀ ਪੈ ਰਹੀ ਹੈ, ਐਨ ਕਹਿੰਦੇ ਰੱਬ ਨੇ ਤੁਹਾਨੂੰ ਦੋ ਨਹੀਂ ਚਾਰ ਅੱਖਾਂ ਦਿੱਤੀਆਂ, ਥੋੜਾ ਨੇੜੇ ਹੋ ਕੇ ਆਪਾਂ ਇਹਨਾਂ ਦੇ ਡਿਸੀਜਨ ਲੈ ਲਈਏ, ਕਈ ਥਾਈਂ ਕਿਤੇ ਰੈਫਰੀ ਦੀ ਗਲਤੀ ਕਿਤੇ ਖਿਡਾਰੀਆਂ ਦੀ ਗਲਤੀ, ਪਰ ਹੁਣ ਵੇਖੋ, ਹੁਣ ਵੇਖੋ, ਆਓ ਖੁੱਬੀ ਪੱਟ ਨੇ ਕਹਿੰਦੇ ਜੱਗਾ ਫੜ ਕੇ ਮੂਧਾ ਕਰਤਾ, ਹੁਣ ਤਾਬਿਆ ਤਾੜੀਆਂ ਵੱਜਣੀਆਂ ਚਾਹੀਦੀਆਂ ਨੌਜਵਾਨਾਂ, ਐਨ ਸਿਰੇ ਦੀ ਖੇਡ, ਰੇਡ ਤਾਬੇ ਦੀ ਤੇ ਬੋਲ ਗਰਜੰਟ ਦੇ, ਆਓ ਤਾਬੇ ਦੀ ਰੇਡ ਪੈ ਰਹੀ ਹੈ, ਥਾਰ ਥਾਰ ਕਰਕੇ ਤਿੰਨ ਥਾਪੀਆਂ ਮਾਰੀਆਂ ਹੈ ਫਰੰਦੀਪੁਰੀਆ, ਥਾਪੀ ਵੱਜ ਗਈ ਹੈ, ਆਓ ਲੱਦੂ ਵਾਲਾ ਪ੍ਰੀਤ ਜਾਂ ਢੋਟੀਆਂ ਵਾਲਾ ਕਾਕਾ ਹਰਪਾਲ ਕਾਲਵਾ ਵਾਲਾ, ਦੋ ਕੰਨੀਆਂ ਐਨ ਕਹਿੰਦੇ ਵੀ ਨੰਗੇ ਜੋਰ ਛੱਡੇ ਹੋਏ ਨੇ, ਫਰੰਦੀਪੁਰੀਆ ਹੋਵੇ ਸਾਹਮਣੇ, ਹਰਪਾਲ ਹਰਪਾਲ ਸਿੱਖ ਸਰਦਾਰ, ਬੱਲੇ 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 ਤਾਬਾ 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 ਹੋਏ 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 ਹੋਏ, ਪਿਆਰ ਨਾ ਪਿਆਰ ਨਾ ਪਿਆਰ ਨਾ ਪਿਆਰ ਨਾ ਪਿਆਰ ਨਾ, ਤਾਬਿਆ ਐ ਨੀ ਜਾਂ ਤਾਂ ਥਾਪੀ ਦੇ ਕੇ ਛੁੱਟ ਜਾ ਕਰ, ਜਿਵੇਂ ਸਿਆਣੀ ਬੁੜੀ ਮੱਝ ਚੋਕੇ ਦਿੰਦੀ ਹੁੰਦੀ ਹੈ, ਐ ਨੀ ਛੱਡਣਾ ਬਗਾਨੇ ਪੁੱਤ ਨੇ, ਬਗਾਨੇ ਪੁੱਤ ਤਸੱਲੀਆਂ ਕਰਾ ਕੇ ਛੱਡਦੇ ਹੁੰਦੇ ਆ। ਅਗਲੀ ਰੇਡ ਆਓ ਸਿੰਮੂ ਕੰਗ ਕੱਲੇ ਵਾਲਾ ਸੁੱਖੇ, ਉਹਨਾਂ ਨੇ ਕਲੈਰੀ ਮੋਰ ਬਣਾਤਾ ਤਾਬੇ ਦਾ, ਤਿਆਰੀ ਫੜਲਾ ਮੁੰਡਿਆ, ਐਨ ਸਿਰੇ ਦੀ ਟੱਕਰ ਹੋਈ ਜਾਂਦਾ ਮੈਚ, ਜਿਹਨੂੰ ਸਾਨਾ ਵਾਲਾ ਭੇੜ ਕਹਿੰਦੇ, ਜਾਫੀਆਂ ਤੇ ਧਾਵੀਆਂ ਦਾ ਜਿਹਨੂੰ ਏੜ ਗੇੜ ਕਹਿੰਦੇ, ਟੱਕਰ ਦੋਹੇ ਪਾਸੇ ਸਿਰੇ ਦੀ ਹੈ, ਆਓ ਸੁੱਖੇ ਦਾ ਜੱਫਾ, ਐਨ ਸਿਰੇ ਦਾ, ਐਨ ਸਿਰੇ ਦੀ ਖੇਡ, ਮੀਰਪੁਰੀਆ ਜੱਫੇ ਬਰੋਬਰ ਹੋ ਗਏ ਲੱਗਦਾ,
ਐਨ ਨਬੇੜੇ ਕਿਸੇ ਗੱਲ ਨਾ ਹੋਣਗੇ। ਆਹ ਟੀਨਾ ਤੁਰਿਆ ਆਉਂਦਾ ਬੋਲੀਆਂ ਵਾਲਾ ਗਰਜੰਟ ਚੱਕ ਮਾਈ, ਆਹ ਟੀਨਾ ਤੁਰਿਆ ਆਉਂਦਾ ਬੋਲੀਆਂ ਵਾਲਾ, ਟੀਨਾ ਤੁਰਿਆ ਆਉਂਦਾ ਫਰੰਦੀਪੁਰੀਆ ਹੋ ਸਾਹਮਣੇ ਨੌਜਵਾਨਾਂ। ਅਜੇ ਉਹ ਟੱਕਰ ਨਹੀਂ ਦਰਸ਼ਕਾਂ ਨੇ ਵੇਖੀ ਜਿਹੜੀ ਵੇਖਣੀ ਚਾਹੁੰਦੇ ਆ। ਉਹ ਕਹਿੰਦੇ ਵੀ ਹੋ ਸਾਹਮਣੇ ਨੌਜਵਾਨਾਂ, ਬਾਬਾ ਬਿਧੀ ਚੰਦ ਜੀ ਦੀ ਅਪਾਰ ਕਿਰਪਾ ਨੌਜਵਾਨ ਗੱਭਰੂ ਤੇ। ਆਹ ਕਾਕਾ ਲੱਗਾ ਹੋਇਆ ਸਾਹਮਣੇ, ਆਹ ਟੱਕਰਿਆ ਹਾਣੀਆਂ ਨੂੰ ਹਾਣ ਸੋਹਣਿਆ। ਆਹ ਕਹਿੰਦੇ ਹਾਣ ਪ੍ਰਵਾਨ ਦੀਆਂ ਟੱਕਰਾਂ, ਇਹਨੂੰ ਭੋਲੂ ਕਹਿੰਦੇ ਆ ਕਿ ਭੱਜਦਿਆਂ ਨੂੰ ਇੱਕੋ ਜਿੰਨੇ ਬਾਣ ਸੋਹਣਿਆ, ਟੱਕਰਿਆ ਹਾਣੀਆਂ ਨੂੰ ਹਾਣ ਸੋਹਣਿਆ, ਐਨ ਕਹਿੰਦੇ ਹਾਣ ਪ੍ਰਵਾਨ ਦੀਆਂ ਟੱਕਰਾਂ। ਅਜੇ ਕਹਿੰਦੇ ਨੌਜਵਾਨ ਕਾਲਮਾ ਵਾਲਾ ਉਧਰਲੇ ਬੰਨੇ ਰੇਡ ਪਾਉਣ ਦੇ ਲਈ ਵਧਿਆ ਹੋਇਆ, ਜੱਫੇ ਲੱਗ ਰਿਹਾ। ਔਰ ਰੇਡਾਂ ਭਾਵੇਂ ਲੱਖ ਪੈਂਦੀਆਂ, ਗੱਲ ਜੱਫਿਆਂ ਤੇ ਮੁੱਕਣੀ ਹੈ, ਗੱਲ ਜੱਫਿਆਂ ਤੇ ਮੁੱਕਣੀ ਹੈ। ਐਨ ਕਹਿੰਦੇ ਅਜੇ ਦੀ ਰੇਡ ਹੈ, ਹੁਣ ਦੇਖਾਂਗੇ ਮੁੰਡੇ ਮਾਲਵੇ ਦੇ ਦੋ ਤੇ ਦੋ ਮੁੰਡੇ ਮਾਝੇ ਦੇ ਜ਼ਿਲ੍ਹੇ ਗੁਰਦਾਸਪੁਰ ਦੀ ਗੱਲ। ਆਓ ਸਾਹਮਣੇ ਕਹਿੰਦੇ ਪੁਆਇੰਟ, ਅਜੇ ਆਪਣੀ ਟੀਮ ਦੇ ਹਿੱਸੇ ਜੋੜ ਗਿਆ। ਲਓ ਸੁੱਖ ਹਰਦਾਸੇ ਵਾਲਾ ਕਬੱਡੀ ਪਾ ਰਿਹਾ ਹੈ, ਉੱਚਾ ਲੰਮਾ ਗੱਭਰੂ ਕਬੱਡੀ ਪਾ ਰਿਹਾ ਹੈ। ਕਾਕਿਆ ਕੁਝ ਕਰਨਾ ਪੈਣਾ ਹੈ, ਸੁੱਖ ਆ ਗਿਆ ਹਰਦਾਸੇ ਵਾਲਾ, ਪਹਿਲਾਂ ਜੱਫਾ ਖਾ ਬੈਠਾ। ਆਓ ਕਹਿੰਦੇ ਵੀ ਲਾਖਣੇ ਵਾਲੇ ਹਰਚੰਦ ਤੋਂ ਖੇਡ ਦੇ ਮੈਦਾਨ ਵਿੱਚ ਕਬੱਡੀ ਪੈ ਰਹੀ ਹੈ। ਇਹ ਲੱਤੂ ਵਾਲਾ ਹਰਪਾਲ ਭਾਗ ਸਿੰਘ ਦੇ ਡੈਰੀਆ ਸਾਹਿਬ, ਇਹ ਭੱਲੇ 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 ਟੱਕਰ ਟੱਕਰ ਕਬੱਡੀ ਦਾ ਮੇਰੇ ਮਿੱਤਰੋ, ਪੁਆਇੰਟ ਪੁਆਇੰਟ ਸੁੱਖ ਦਾ। ਜਿੰਨੀ ਮਰਜ਼ੀ ਲਗੌੜ ਇਕੱਠੀ ਕਰ ਲਓ ਤੇ ਜੰਗ ਢਿੱਲੋ, ਕੋਈ ਭਰਾ ਨਾ ਬਣੇ। ਕਦੇ ਚਾਚੇ ਚੋਂ ਪਿਓ ਨਹੀਂ ਉਹ ਲੱਭਦਾ ਤੇ ਮਾਸੀ ਕਦੇ ਮਾਂ ਨਾ ਬਣੇ। ਪੈਂਦੀ ਹੋਰ ਰੇਡ, ਕਹਿੰਦੇ ਬੰਗਲਾ ਰਾਏ ਪਿੰਡ ਵਾਲੇ ਸ਼ਿੰਦੂ ਦੀ ਆ ਮੇਰੇ ਮਿੱਤਰੋ। ਇਹ ਆ ਬਲਕਾਰੇ ਹੋਰਾਂ ਦਾ ਤਰਾਸ਼ਿਆ, ਐਨ ਝੁਕਦਾ ਕਲੈਰੀ ਮੋਰ ਵਾਂਗੂ, ਹੁਣ ਦੇਖਾਂਗੇ ਮੁੰਡਾ। ਆਓ ਕਹਿੰਦੇ ਰਿਸ਼ਪਾਲ ਬੋਲੀਆਂ ਵਾਲਾ ਕਿ ਧੂੜਾਂ ਪੱਟੀ ਜਾਂਦੇ ਆ ਜਿਨ੍ਹਾਂ ਨੇ ਦੁੱਧ ਮਾਵਾਂ ਦਾ ਪੀਤਾ। ਇਹ ਆ ਛੀਣੀਆਂ ਮਾਵਾਂ ਦੇ ਬੱਬਰ ਸ਼ੇਰ। ਸਾਰੀ ਪ੍ਰਬੰਧ ਕਮੇਟੀ, ਸਮੁੱਚੀ ਗ੍ਰਾਮ ਪੰਚਾਇਤ ਕਲੰਜਰ ਪਿੰਡ ਦਾ ਧੰਨਵਾਦ ਕਰਦੇ ਹਾਂ। ਬਾਬਾ ਭੂਪ ਸਿੰਘ ਜੀ ਸ਼ਹੀਦ, ਗੁਰੂ ਘਰ ਦੀ ਪ੍ਰਬੰਧ ਕਮੇਟੀ, ਸਾਰੇ ਸਤਿਕਾਰਯੋਗ ਵੀਰ ਨੇ ਜਿੰਨੇ ਵੀ ਇਲਾਕੇ ਪਰ ਦੀਆਂ ਰੱਬ ਰੂਪੀ ਸੰਗਤਾਂ ਸਾਡੇ ਦਰਮਿਆਨ ਪੁੱਜੀਆਂ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਲਓ ਅਮਰ ਹੈ ਕਹਿੰਦੇ ਕੱਸਾਂ ਵਾਲਾ ਗਰਜੰਟ ਕਰ ਗੱਲ। ਓ ਅਮਰ ਕੱਸਾਂ ਵਾਲਾ ਕਬੱਡੀ ਭਾ ਰਿਹਾ ਤੇ ਭੋਲੂ ਨੂੰ ਟੱਚ ਕੀਤਾ ਤੇ ਪੁਆਇੰਟ ਰੇਡਰ ਦਾ ਹਾਫ ਟਾਈਮ। ਲੈ ਵੀ ਗੁਰਵਿੰਦਰਾ ਪੁਆਇੰਟ ਦੱਸ ਵੀਰਾ ਕਿੰਨੇ ਕਿੰਨੇ ਆ, ਜਲਦੀ ਮੇਰੇ ਲੱਗ ਗਿਆ ਕਿ ਗੁਰਵਿੰਦਰ ਪੁਆਇੰਟ ਦੱਸੀਏ ਕਿੰਨੇ ਕਿੰਨੇ ਆ। ਮਾਝੇ ਵਾਲਿਓ ਸਵਾਦ ਹੁਣ ਆਉਣਾ, ਹੁਣ ਫਸਣੀ ਆ ਚਵਾਨੀ ਭੋਗਣੇ 'ਚ, ਐਨ ਟੱਕਰ ਸਿਰੇ ਦੀ ਹੋਵੇਗੀ ਜਦੋਂ ਮੈਚ ਦੀ ਹਾਰ ਤੋਂ ਬਾਅਦ ਸ਼ੁਰੂਆਤ ਹੋਵੇਗੀ। ਆ ਜਾ ਵੀਰਾ, ਕਿੰਨੇ ਕਿੰਨੇ ਪੁਆਇੰਟ ਨੇ ਦੋ ਟੀਮਾਂ ਦੇ, ਦੋ ਟੀਮਾਂ ਦਾ ਕਹਿੰਦੇ ਮੁਕਾਬਲਾ ਬੜਾ ਵੱਡਾ ਖੇਡਿਆ ਜਾ ਰਿਹਾ। ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲੇ ਦੇ ਪੁਆਇੰਟ ਨੇ 14 ਤੇ 24। ਡੀਪੀ ਸਾਹਿਬ ਸਿੱਧਾ 10 ਪੁਆਇੰਟਾਂ ਦਾ ਫਰਕ ਹੈ, ਸਿੱਧਾ 10 ਪੁਆਇੰਟਾਂ ਦਾ ਫਰਕ ਹੈ। ਜੇ ਫਰਕ ਕੱਢਣਾ ਨਾ ਮੰਨੇ ਹੋਰੀ ਫੜਨੇ ਪੈਣੇ ਹੈ, ਮੰਨੇ ਹੋਰੀ ਫੜਨੇ ਪੈਣੇ ਹੈ। ਪਰ ਉਧਰਲੇ ਬੰਨੇ ਸਟੌਪ ਲੈਣ ਕਾਹਦੀ ਹੈ, ਚੀਨ ਦੀ ਕੰਧੀ ਕੱਢਤੀ ਪਤੰਦਰਾਂ ਨੇ। ਇੱਕ ਬੰਨੇ ਖੰਡੂਰ ਸਾਹਿਬ, ਇਹ ਤਾਂ ਕਾਕੇ ਹੋਰੀ ਮਾਨ ਨਹੀਂ ਸੀਗੇ, ਉਹਨਾਂ ਨੇ ਫਰੰਦੀਪੁਰੀਆ ਸੱਦ ਲਿਆ। ਅੱਜ ਮੇਲਾ ਘਰ ਦਾ, ਭਰਾਵਾਂ ਦਾ ਮੇਲਾ ਕਰਕੇ ਫਰੰਦੀਪੁਰੀਆ ਵੀ ਸੱਦ ਲਿਆ। ਐਨ ਤਗੜੇ ਮੈਚ ਦੀ ਸ਼ੁਰੂਆਤ ਹੈ, ਪਰ ਪਿੰਦਿਆ ਹਜੇ ਤਾਂ ਤੀਰ ਕਮਾਨ ਮੇ ਕੁਝ ਵੀ ਹੋ ਸਕਦਾ, ਹਜੇ ਤਾਂ ਬੋਲ ਜਵਾਨ ਮੇ ਕੁਝ ਵੀ ਹੋ ਸਕਦਾ, ਹਜੇ ਤਾਂ ਯਾਰ ਮੈਦਾਨ ਮੇ ਕੁਝ ਵੀ ਹੋ ਸਕਦਾ, ਕੁਝ ਕਿਹਾ ਨਹੀਂ ਜਾ ਸਕਦਾ। ਕਬੱਡੀ ਅੱਖ ਝਮਕਦੇ ਨਾਲ ਚੇਂਜ ਹੋ ਜਾਂਦੀ ਹੈ, ਕਬੱਡੀ 30 ਸਕਿੰਟ ਬਾਅਦ ਬਦਲ ਜਾਂਦੀ ਹੈ। ਔਰ ਸਾਹਮਣੇ 30 ਸਕਿੰਟਾਂ ਦੇ ਬਾਅਦ ਕੁਝ ਨਵਾਂ ਦੇਖਣ ਨੂੰ ਮਿਲਦਾ, ਪਾਸੇ ਚੇਂਜ ਹੋ ਗਿਆ। ਰਿੰਕੂ ਪਟਵਾਰੀ ਦੀ ਜਿਹੜੀ ਕੈਪ, ਉਹ ਵੀ ਲੱਗਦਾ ਕੁਝ ਕਰਾਊ ਜ਼ਰੂਰ, ਐਨ ਸਿਰੇ ਦੀ ਟੱਕਰ। ਰੇਡ ਤਾਬੇ ਦੀ ਵਰਿੰਦਰ ਕਰ ਗੱਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਭੂਪ ਸਿੰਘ ਜੀ ਸ਼ਹੀਦ, ਉਹਨਾਂ ਦਾ ਸਲਾਨਾ ਜੁੜ ਮੇਲਾ ਹੈ, ਕਲੰਜਰ ਨਗਰ ਹੈ। ਉੱਧਰ ਕਹਿੰਦੇ ਕਾਬਲ ਦੀ ਸਾਊਂਡ ਪਿਆਰੀ ਹੈ, ਜੱਦੀ ਪਿੰਡ ਹੈ ਕਲੰਜਰ। ਬਾਈ ਜੇ ਸਾਊਂਡ ਵਧੀਆ ਲੱਗਦੀ ਹੈ, ਪੂਰੀ ਤਾੜੀ ਮਾਰ ਖੁੱਲ ਕੇ। ਐਨ ਕਹਿੰਦੇ ਪ੍ਰਬੰਧ ਚੋਟੀ ਦੇ ਨੇ, ਤੇ ਉਹ ਮੁੰਡਾ ਕਹਿੰਦੇ ਫੌਜੀ ਦਾ ਵੀਰ ਕਬੱਡੀ ਪਾ ਰਿਹਾ ਹੈ, ਮਾਵੇ ਵਾਲੇ ਤਾਬੇ ਨੇ ਕਬੱਡੀ ਪਾ ਦਿੱਤੀ ਹੈ। ਫਰੰਦੀਪੁਰੀਆ ਜੱਫਾ ਲਾਉਣਾ ਪੈਣਾ, ਭਾਵੇਂ ਟੀਮ ਦੇ ਜੱਫੇ ਉੱਪਰ ਨੇ। ਸਾਹਮਣੇ ਕਹਿੰਦੇ ਫਰਕ ਹੀ ਬੜਾ, ਫਰਕ ਹੀ ਬੜਾ। ਡੀਪੀ ਸਾਹਿਬ 5 ਲਾਉਣੇ ਪੈਣੇ ਆ, ਲੱਗਦਾ 5 ਲਾ ਕੇ ਫਰਕ ਨਿਕਲਣਾ, ਜੱਗੇ ਹੋਰੀ ਫੜਨੇ ਪੈਣੇ ਆ। ਆਓ ਜੱਗਾ ਕਹਿੰਦੇ ਨੌਜਵਾਨ ਖੰਡੂਰ ਸਾਹਿਬ ਦੀ ਧਰਤੀ ਦਾ, ਕਬੱਡੀ ਪਾਉਣ ਦੇ ਲਈ ਵਾਧਾ।
ਕਿ ਭੂੰਡ ਆਸ਼ਕੀ ਨਹੀਂ ਪਲਦੀ ਪੀਚ ਜਬਰੇ ਨੂੰ, ਉਹ ਬੱਕਰੇ ਕਦੋਂ ਰਜਾਉਂਦੇ ਆ ਮੇਦੇ ਬੇਸਵਰੇ ਨੂੰ। ਇੱਥੇ ਗੱਲ ਨੂੰ ਆਉਂਦੀ ਦੁਨੀਆ ਤੁਪਕਾ ਤੁਪਕਾ ਸਿੱਟਿਆਂ ਤੋਂ, ਮਰਦਾਨਗੀ ਵਿੱਦਿਆ ਕਹਿੰਦੀ ਬੰਦਾ ਚੱਕ ਲਓ ਗਿੱਟਿਆਂ ਤੋਂ, ਤੇ ਡਾਂਗ ਡੰਡੇ ਦੀ ਪੂਜਾ ਈਨ ਮਨਾ ਕੇ ਛੱਡੀ ਦੀ, ਜਦੋਂ ਗੱਲ ਲੜੀਆਂ ਤੇ ਅੜ ਜੇ ਫਤਿਹ ਬੁਲਾ ਕੇ ਛੱਡੀ ਦੀ। ਮੈਨੂੰ ਲੱਗਦਾ ਇੱਕ ਲੱਗ ਗਿਆ ਤੇ ਚਾਰ ਰਹਿ ਗਏ ਮਚਾਕੀ ਵਾਲਿਆ, ਉਹ ਵੀ ਲੱਗ ਗਏ ਤੇ ਮੈਚ ਜਮਾਂ ਹੀ ਫਸ ਜਾਣਾ। ਗੋਪੀ ਟੀਨਾ ਆ ਗਿਆ ਫਰੰਦੀਪੁਰੀਆ ਵੇਖ ਜਰਾ, ਔਰ ਟੀਨਾ ਕਹਿੰਦੇ ਰੇਡ ਪਾਵੇਗਾ ਬੌਲੀਆਂ ਵਾਲਾ ਖੇਡਦੇ ਮੈਦਾਨ ਦੇ ਵਿੱਚ। ਲੱਡੂ ਵਾਲਾ ਪ੍ਰੀਤ ਖੜਾ ਹੈ ਨਾਲ, ਕਹਿੰਦੇ ਫਰੰਦੀਪੁਰੀਆ ਸਾਹਣ ਜੱਟ ਖੜਾ ਹੈ, ਔਰ ਟੋਟੀਆਂ ਵਾਲਾ ਵੀ ਖੜਾ ਪ੍ਰਚਾਰਾਂ ਦੇ ਵਿੱਚ। ਉਹ ਇਹ ਕਹਿੰਦੇ ਸਰਦਾਰ ਭਾਗ ਸਿੰਘ ਟੀਨਿਆ ਕਿੰਨੇ ਕੁ ਵਾਰੀ ਵਿੱਚ ਵੜ ਵੜ ਕੇ ਪੁਆਇੰਟ ਲਏਗਾ, ਰੈਫਰੀ ਕਹਿੰਦੇ ਆ ਟੱਚ ਦਾ ਸ਼ੋਰ ਲਾਉਣੇ ਪੈਣੇ ਆ, ਜਾਣ ਲਗੋਇਆ ਕੁਝ ਨਹੀਂ ਬਾਨਾ ਪਾਣੀ ਪੁਣਾ ਦੇ ਥੱਲੋਂ ਦੀ ਲੰਘਣਾ। ਆਓ ਸਾਹਮਣੇ ਕਹਿੰਦੇ ਸ਼ਿਮੂ ਆ ਗਿਆ ਤੰਗ ਇਕੱਲੇ ਵਾਲਾ ਮੇਰੇ ਮਿੱਤਰੋ, ਇਹ ਕਬੱਡੀ ਜ਼ੋਰਾਵਰਾਂ ਦੀ ਹੈ, ਔਰ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ, ਮਾੜੇ ਦਿਲ ਵਾਲਿਆਂ ਦੀ ਖੇਡ ਨਹੀਂ, ਇਹ ਖੇਡ ਨਹੀਂ ਕਮਜ਼ੋਰਾਂ ਦੀ, ਇਹ ਖੇਡ ਹੈ ਵੱਡੇ ਜ਼ੋਰਾਂ ਦੀ। ਸਿੰਮੂ ਕੰਗ ਇਕੱਲੇ ਵਾਲਾ, ਆਓ ਖੁੱਬੀ ਪੱਟ ਵੜਦਾ ਲੱਤੀ ਲਾਗੀ ਕੈਂਚੀ ਫੜ ਫੜ, ਆਓ ਸਾਹਮਣੇ। ਔਰ ਮੇਰੇ ਮਿੱਤਰੋ ਲੈ ਵੀ ਸੋਨੀ ਜੇ ਇੱਦਾਂ ਹੀ ਭਜਾਈ ਗਿਆ ਨਾ, ਫਿਰ ਮੈਨੂੰ ਲੱਗਦਾ ਫਰਕ ਬਹੁਤ ਪੈ ਜਾਣਾ ਹੈ ਕਿ ਜਿਹੜੇ ਹਿਸਾਬ ਨਾਲ ਜੱਟਾ ਤੂੰ ਚੱਲਦਾ ਤੇ ਜੱਟੀ ਦੇ ਪਕਾਏ ਹੋਏ ਖਾਲੀ ਨਾਣ ਵੇ। ਆਓ ਅਮਰ ਕਹਿੰਦੇ ਸਿੱਖ ਸਰਦਾਰ ਮੁੰਡਾ ਰੇਡ ਪਾਵੇਗਾ, ਯੋਧੇ ਦਾ ਪੇਂਡੂ ਕਹਿੰਦੇ ਘੱਸ ਨਗਰ ਦਾ ਮੁੰਡਾ ਅਮਰ ਕਬੱਡੀ ਭਾਰੇ ਸਿੱਖੀ ਸਰੂਪ ਦੇ ਵਿੱਚ ਕਬੱਡੀ ਖੇਡਦਾ ਹੈ, ਕਿ ਕਦੀ ਤਵੀਆਂ ਤੇ ਕਦੀ ਛਵੀਆਂ ਤੇ ਕਦੀ ਤਲਵਾਰਾਂ ਦੀਆਂ ਨੋਕਾਂ ਤੇ, ਕਿ ਲਫ਼ਜ਼ਾਂ ਵਿੱਚ ਬਿਆਨ ਕਰਾਂ ਜੋ ਗੁਜਰੀ ਅਸ਼ਕ ਲੋਕਾਂ ਤੇ, ਕਿ ਲਫ਼ਜ਼ਾਂ ਵਿੱਚ ਬਿਆਨ ਕਰਾਂ। ਔਰ ਰੇਡ ਕਹਿੰਦੇ ਅਮਰ ਦੀ ਪਿਆਰ ਦੇ ਨਾਲ ਪੁਆਇੰਟ ਕਹਿੰਦੇ ਅਮਰ ਦਾ ਹੈ। ਉੱਧਰ ਕਹਿੰਦੇ ਸੁੱਖ ਵੀਰ ਹੈ ਯੂਏਈ ਦੁਬਈ ਵਾਲਾ, ਤੇ ਨਾਲ ਕਹਿੰਦੇ ਰਣਜੀਤ ਬਾਠੁਣੀ ਕਹਿੰਦੇ ਹੈ ਉਸਤਾਦ ਬੂਟੇ ਦਾ ਘਰਿਆਲੇ ਦੇ ਕਬੱਡੀ ਕੱਪ ਤੇ ਮੋਟਰਸਾਈਕਲ ਨਾਲ ਸਨਮਾਨ, ਇੱਕ ਵਾਰੀ ਤਾੜੀ ਮਾਰ ਖੁੱਲ ਕੇ, ਮੋਟਰਸਾਈਕਲ ਦੇ ਸਨਮਾਨ ਹੋਣਗੇ ਕਹਿੰਦੇ ਮਾਰਚ ਦੇ ਕੱਪ ਦੇ, ਘਰਿਆਲੇ ਦੇ ਕਬੱਡੀ ਕੱਪ ਦੇ ਵੱਡੇ ਸਨਮਾਨ ਨੇ। ਆਹ ਮੁੰਡਾ ਕਹਿੰਦੇ ਕਾਲਮਾਂ ਦਾ ਰੇਡ ਮਾਰਿਆ, ਕਾਲਮਾਂ ਵਾਲਾ ਕਹਿੰਦੇ ਉਂਗਲ ਖੜੀ ਕਰ ਗਿਆ ਮੇਰੇ ਮਿੱਤਰੋ। ਅਗਲੀ ਰੇਡ ਕਹਿੰਦੇ ਮਹਾਵੇ ਪਿੰਡ ਦਾ ਤਾਬਾ, ਇੱਕ ਗੀਤਾਂ ਵਿੱਚ ਪਤੰਦਰ ਸਾਡਾ ਕਿਹੜਾ ਸੀਗਾ ਬਦਨਾਮ ਕਰ ਗਿਆ ਸੀ ਮਹਾਵੇ ਪਿੰਡ ਨੂੰ, ਪਿੰਡ ਮਹਾਵੇ ਵਿਕਦੀ ਫੀਮ ਕੁੜੇ। ਆਓ ਸਾਹਮਣੇ ਕਬੱਡੀ ਪੈ ਰਹੀ ਹੈ, ਪਰ ਮਹਾਵਾ ਪਿੰਡ ਬਾਰਡਰ ਤੇ ਵਸਿਆ ਬੜਾ ਵੱਡਾ ਮੇਲਾ ਕਰਵਾਉਂਦਾ ਹੈ, ਉਧਰਲੇ ਬੰਨੇ ਪੈਂਦੀ ਹੋਈ ਕਬੱਡੀ ਹੈ। ਸਤਨਾਮ ਸਾਗਰ ਨੇ ਕੀਤੀ ਸੀ ਗੀਤਾਂ ਵਿੱਚ ਗੱਲ। ਆਓ ਫਰੰਦੀਪੁਰੀਆ ਮੱਲੀ ਪਰਿਵਾਰ ਦਾ ਕਹਿੰਦੇ ਜਦੋਂ ਕਨੇਡਾ ਖੇਡਿਆ 2011-12-13 ਤੇ ਦੁਨੀਆ ਨੂੰ ਦੱਸਿਆ ਵੀ ਗੋਪੀ ਕਿਹੜੀ ਸ਼ਾਇਦ ਆ ਨਾਂ, ਔਰ ਉਧਰਲੇ ਬੰਨੇ ਆ ਗਿਆ ਨੌਜਵਾਨ ਬੰਗਲਾ ਰਾਏ ਪਿੰਡ ਵਾਲਾ ਸ਼ਿੰਦੂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ। ਹੁਣ ਦੇਖਾਂਗੇ 20:05 ਦਾ ਟਾਈਮ ਹੈ, ਐਨ ਰਿੰਕੂ ਪਟਵਾਰੀ ਵੀ ਬਹਿ ਗਿਆ ਪਿਆਰ ਦੇ ਨਾਲ, ਔਰ ਪੈਂਦੀ ਹੋਈ ਰੇਡ। ਮੈਨੂੰ ਲੱਗਦਾ ਉਧਰਲੇ ਬੰਨੇ ਕੇਜਰੀਵਾਲ ਨੇ ਪੌੜ ਚੁਕਾਤੇ ਆ ਦੂਜੀਆਂ ਪਾਰਟੀਆਂ ਦੇ। ਆਹ ਸਾਹਮਣੇ ਪੈਂਦੀ ਕਬੱਡੀ, ਆਓ ਸੁੱਖਾ ਮਾਸਟਰ ਹੈ ਮੇਰੇ ਮਿੱਤਰੋ, ਇਹ ਪੁਰਾਣਾ ਖੁੰਡ ਕਹਿ ਲਈਏ, ਇਹ ਤਜਰਬੇਕਾਰ ਕਹਿ ਲਈਏ, ਇਹ ਚਿੰਬੜ ਗਿਆ, ਆਓ ਚਿੰਬੜ ਗਿਆ, ਆਓ ਚਿੰਬੜ ਗਿਆ, ਆਓ ਕੁਲਵਿੰਦਰ ਗਿਆਨੀ ਦਾ ਵੀਰ, ਆਇਓ ਮੇਰਿਆ ਰੱਬਾ। ਓਏ ਅਮਲੀ ਦੀ ਡੱਬੀ ਵਿੱਚੋਂ ਫੀਮ ਮੁੱਕ ਜੇ, ਫੌਜੀ ਦਾ ਬਿੰਨਿਆ ਨਿਸ਼ਾਨਾ ਉੱਕ ਜੇ, ਇੱਥੋਂ ਫੜਿਆ ਸੁੱਖਿਆ ਤਾਂ ਵੀ ਛੁੱਟ ਜੇ, ਸੌ ਰੱਬ ਦੀ ਪੱਲੇ ਰਹਿੰਦਾ ਕੱਖ ਨਹੀਂ। ਰੇਡ ਟੀਨੇ ਦੀ ਤੇ ਬੋਲ ਵਰਿੰਦਰ ਦੇ। ਔਰ ਟੀਨਾ ਕਹਿੰਦੇ ਬੌਲੀਆਂ ਵਾਲਾ ਰੇਡ ਪਾਵੇਗਾ ਖੇਡਦੇ ਮੈਦਾਨ ਦੇ ਵਿੱਚ। ਚਾਰ ਖਿਡਾਰੀ ਤਿਆਰ ਨੇ, ਪ੍ਰੀਤ ਖੜਾ ਹੈ, ਔਹ ਕਾਕਾ ਖੜਾ ਦੇ ਨਾਲ ਕਹਿੰਦੇ ਹਰਪਾਲ ਵਰਗੇ ਫਰੰਦੀਪੁਰੀਏ, ਗੋਪੀ ਵਰਗੇ, ਗੋਪੀ ਕਹਿੰਦੇ ਮਾਝੇ ਦਾ ਉਹ ਖਿਡਾਰੀ ਹੈ ਇੱਕ ਵਾਰ ਜਿਹੜੇ ਕੱਪ ਤੇ ਕਹਿੰਦੇ ਅੱਖ ਰੱਖ ਲਈ ਤੇ ਉਹ ਕਹਿੰਦੇ ਮੈਦਾਨ ਫਤਿਹ ਬੁਲਾ ਕੇ ਛੱਡਦਾ ਹੈ। ਔਰ ਰੇਡ ਟੀਨੇ ਦੀ ਤੇ ਕਾਲਮਾ ਵਾਲਾ, ਉਹ ਹਰਪਾਲ ਬੱਲੇ, ਹਰਪਾਲ ਕਹਿੰਦੇ ਪੁੱਠੀ ਪਾ ਕੇ ਬਹਿ ਗਿਆ, ਹਰਪਾਲ ਪੁੱਠੀ ਪਾ ਕੇ ਬਹਿ ਗਿਆ। ਟੀਨਿਆਂ ਦੀ ਪੁੱਠੀ ਵੀ ਦੁਨੀਆਂ ਦੇ ਵਿੱਚ ਮੰਨੀ ਆ ਮੇਰੇ ਮਿੱਤਰੋ। ਮੈਂ ਪਹਿਲਾਂ ਕਿਹਾ ਸੀ ਤਾਂ ਪਤੰਦਰ ਇਕੱਲੇ ਨਹੀਂ ਮਾਣ, ਉਹ ਦੋ ਉਸਤਾਦ ਚੇਲਾ ਸੱਦ ਲਿਆ। ਓਏ ਫੜਨਾ ਦਾ ਇਹਨੂੰ ਫੜੋ, ਆ ਜਿਹਨੇ ਫੜ ਲਿਆ ਤੇ ਕਹਿੰਦੇ ਸਾਰਾ ਸਾਲ ਹੀ ਫੇਸਬੁੱਕ ਯੂਟਿਊਬ ਤੇ ਕੱਟ ਕੱਟ ਕੇ ਪਿਆ ਰਹਿਣਾ ਵੀ ਮੰਨਾ ਫੜ ਲਿਆ ਉਧਰਲੇ ਬੰਨੇ, ਮੰਨਾ ਫੜ ਲਿਆ, ਮੰਨਾ ਫੜ ਲਿਆ, ਮੰਨਾ ਫੜ ਲਿਆ, ਮੰਨਾ ਫੜ ਲਿਆ, ਮੰਨਾ ਹੋਏ ਉਹ ਰੱਬਾ ਮੇਰਿਆ ਹੋਏ। ਓਏ ਮਾਝੇ ਵਾਲੋ ਸਵਾਦ ਆਇਓ ਤੇ ਗੱਡ ਕੇ ਤਾੜਾ ਠੋਕੋ ਇੱਕ ਵਾਰੀ, ਮੰਨੇ ਦੇ ਸਰੀਰ 'ਚ ਪਤਾ ਨਹੀਂ ਪਤੰਦਰ ਦਾ ਭਰਿਆ ਕੀ ਹੈ, ਇਹਦੇ ਪੱਟ ਕਹਿੰਦੇ ਟਾਟਾ ਦੇ ਗਾਡਰਾਂ ਵਰਗੇ ਹੈ। ਲਓ ਰੇਡ ਸੁੱਖ ਦੀ ਤੇ ਬੋਲ ਵਰਿੰਦਰ ਦੇ। ਆਹ ਹਰਦਿਆਲ ਦਾ ਕਹਿੰਦੇ ਵੀਰ ਕਬੱਡੀ ਭਾਰਿਆ ਹਰਦਾਸੇ ਵਾਲਾ ਸੁੱਖ,
ਸੁੱਖ ਨੇ ਕਬੱਡੀ ਪਾ ਦਿੱਤੀ ਆ ਮੁੰਡਿਆਂ ਉਹ ਟੋਟੀਆਂ ਵਾਲਾ ਬੱਲੇ ਬੱਲੇ ਬੜੀਆਂ ਵਾਲਿਆ ਦੋ ਕੁ ਵਾਰੀ ਲੱਗ ਜਾ ਮੰਨੇ ਨੂੰ ਸ਼ਾਇਦ ਮੰਨਾ ਕਾਬੂ ਆ ਹੀ ਜਾਵੇ ਕੋਸ਼ਿਸ਼ ਕਰਨ ਵਾਲਿਆਂ ਦੀ ਕਦੇ ਹਾਰ ਨਹੀਂ ਹੁੰਦੀ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਔਰ ਮਰਦ ਛੇਤੀ ਹਾਰ ਨਹੀਂ ਮੰਨਦੇ ਆਹ ਖੁੱਬੀ ਪੱਟ ਨੇ ਜੱਗਾ ਫੜ ਲਿਆ ਆਹ ਮਧੋਲਤਾ ਮੇਰੇ ਮਿੱਤਰੋ ਹਾਇਓ ਮੇਰਿਆ ਰੱਬਾ ਆਹ ਸਾਡੇ ਪਿੰਡ ਦਾ ਰਿਵਾਜ ਬੜਾ ਮਾੜਾ ਕੁੱਟਣ ਘੱਟ ਘੜੀਸਣ ਵਾਲਾ ਕਰੇਗਾ ਬੋੜੀ ਬੋੜੀ ਵੇ ਉਹ ਜਦ ਕੁੱਕੜ ਵਾਂਗੂ ਫੜ ਕੇ ਤੇਰੀ ਧੌਣ ਮਰੋੜੀ ਵੇ ਕਿ ਜਦ ਕੁੱਕੜ ਵਾਂਗੂ ਫੜ ਕੇ ਤੇਰੀ ਧੌਣ ਮਰੋੜੀ ਵੇ ਕਲੰਜਰ ਵਾਲੇ ਉਹ ਪਿਛਲੇ ਸਾਲ ਤਾਂ ਵਾਹਵਾ ਪੈਸੇ ਪੂਸੇ ਲਾਤੇ ਸੀ ਕੀ ਗੱਲ ਲੱਗਦੀ ਢਿੱਲੇ ਜਿਹਾ ਲਾ ਲਓ ਥੋੜੇ ਮੇਲਾ ਸਾਲ ਬਾਅਦ ਆਉਣਾ ਮੰਨੇ ਤੇ ਲਾ ਲਓ 2000 ਹਜ਼ਾਰ ਕ ਆਹ ਸਾਹਮਣੇ ਕਬੱਡੀ ਪੈ ਗਈ ਹੈ ਵੇਖ ਪੈਂਦਿਆ ਅਮਰ ਆ ਗਿਆ ਆਹ ਅਮਰ ਕਹਿੰਦੇ ਕੱਸਾ ਵਾਲਾ ਗੋਪੀ ਫਰੰਦੀਪੁਰੀਏ ਦੇ ਡੌਲੇ ਦੇ ਕਹਿੰਦੇ ਬਾਬਾ ਬਿਧੀ ਚੰਦ ਸ਼ੀਨਾ ਦੀ ਫੋਟੋ ਬਣੀ ਹੋਈ ਹੈ ਓਏ ਹਰਚੰਦ ਹੋਏ ਹਰਚੰਦ ਭਰਾ ਸਮਝ ਕੇ ਭਜਾਦਾ ਮੈਂ ਤਾਂ ਕਿਤੇ ਕਰ ਗਿਆ ਕੰਮ ਹਰਚੰਦ ਦੇ ਕਿ ਜਦੋਂ ਛੱਡਦਾ ਨਾ ਪੁੱਠੀ ਜੀ ਕਰਕੇ ਤੇ ਦਿਨੇ ਤਾਰੇ ਦਿਖਾ ਦਿੰਦਾ ਸਿੰਮੂ ਆ ਗਿਆ ਵਰਿੰਦਰ ਕਰ ਗੱਲ ਉਹ ਕਹਿੰਦੇ ਨੁਕਰੇ ਘੋੜੇ ਦਾ ਜੇਤੂ ਨੌਜਵਾਨ ਕਹਿੰਦੇ ਰੇਡ ਪਾਉਣ ਦੇ ਲਈ ਵੱਧ ਗਿਆ ਆਹ ਮੁੰਡੇ ਨੇ ਕਹਿੰਦੇ ਖਾਲਸੇ ਦੀ ਜੰਮਣ ਭੂਮੀ ਤੇ ਦੁਨੀਆਂ ਨਚਾਈ ਹੈ ਇਹ ਕੰਗ ਕੱਲੇ ਪਿੰਡ ਵਾਲਾ ਹੈ ਇਹ ਮਾਝੇ ਵਾਲਾ ਕਹਿੰਦੇ ਬੱਬਰ ਸ਼ੇਰ ਕਬੱਡੀ ਪਾ ਰਿਹਾ ਹੈ ਵਕੀਲਾਂ ਵਾਲੇ ਪਿੰਡ ਦਾ ਸੋਨੀ ਖੜਾ ਹੈ ਪਰ ਟੱਕਰ ਕਹਿੰਦੇ ਰਿਸ਼ਪਾਲ ਦੇ ਨਾਲ ਤੇ ਪੁਆਇੰਟ ਰਿਸ਼ਪਾਲ ਦੇ ਨਾਲ ਰਿਸ਼ਪਾਲ ਐ ਨਹੀਂ ਫੜਿਆ ਜਾਣਾ ਇਹਨੇ ਇਹਦਾ ਕੁਝ ਹੋਰ ਕਰਨਾ ਪੈਣਾ 25 ਤਰੀਕ ਨੂੰ ਧਰਮਕੋਟ ਦੇ ਵਿੱਚ ਵੱਡਾ ਮੇਲਾ ਹੋਵੇਗਾ ਔਰ 27 ਤਰੀਕ ਨੂੰ ਰੌਣਕਾਂ ਜਿਹੜੀਆਂ ਖੰਭਿਆਂ ਦੇ ਲਾਗੇ ਕਰਕੇ ਲੱਗਣਗੀਆਂ 29 ਤਰੀਕ ਨੂੰ ਕਹਿੰਦੇ ਮਹਿਤਾ ਨੰਗਲ ਦੇ ਵਿੱਚ ਵੱਡਾ ਮੇਲਾ ਹੋਵੇਗਾ ਦੁਨੀਆਂ ਦੇ ਵੱਡੇ ਸਟਾਰ ਸਾਡੇ ਮਿੱਠੂ ਭਾਜੀ ਸੱਦੇ ਦੇ ਰਹੇ ਹੈ ਲਓ ਪੈਂਦੀ ਹੋਈ ਰੇਡ ਤਾਬੇ ਮਹਾਵੇ ਵਾਲੇ ਦੀ ਹੈ ਤਾਬਾ ਮਹਾਵੇ ਪਿੰਡ ਵਾਲਾ ਫੈਸਲਾ ਹੋ ਗਿਆ ਔਰ ਪੁਆਇੰਟ ਰੇਡਰ ਦੇ ਸੇ ਜੁੜਦਾ ਹੋਇਆ ਹਰਚੰਦ ਪਿੱਛੇ ਲੱਭੇ ਨੂੰ ਪੁੱਛ ਲੱਭਾ ਕਹਿੰਦਾ ਵੀ ਹਮਲਾ ਹੋ ਗਿਆ ਹੱਥ ਲੱਗ ਗਿਆ ਮੰਨਿਆ ਢੇਰੀਆਂ ਦੇ ਲਾਗੇ ਆ ਜਾ ਮੁੰਡਿਆ ਮੰਨਿਆ ਢੇਰੀਆਂ ਦੇ ਲਾਗੇ ਆ ਜਾ ਯਾਰਾ ਨਜ਼ਾਰਾ ਵੇਖਣਾ ਅਸੀਂ ਤੇਲ ਵੇਖਣਾ ਤੇਲ ਦੀ ਧਾਰ ਵੇਖਣੀ ਹੈ ਰੇਡ ਮੰਨੇ ਦੀ ਵੇਖਣੀ ਹੈ ਆਓ ਸਾਹਮਣੇ ਕਬੱਡੀ ਉਧਰਲੇ ਬੰਨੇ ਅਜੇ ਕਾਲਮਾਂ ਦੀ ਧਰਤੀ ਦਾ ਆਹ ਬੱਲੇ ਉਹ ਸ਼ੇਰ ਜਵਾਨਾ ਖੇਲੀ ਜਾ ਵਿੱਚ ਮੈਦਾਨਾ ਪਟਵਾਰੀ ਸਾਹਿਬ ਉੱਠ ਕੇ ਥੋੜਾ ਪਿੱਛੇ ਹੋ ਜਾ ਆਓ ਸ਼ੂਕ ਦੇ ਤੂਫਾਨਾਂ ਦੀ ਟੱਕਰ ਬਣੀਏ ਕਿਹਦਾ ਸਰਵਣ ਮੁਕਾਬਲਾ ਦੋ ਟੀਮਾਂ ਦੇ ਦਰਮਿਆਨ ਕੈਂਚੀ ਭੱਜਦੀ ਗੁੱਟ ਫੜਿਆ ਜ਼ੋਰ ਲੱਗ ਰਿਹਾ ਕਬੱਡੀ ਹੋ ਕਬੱਡੀ ਹੋ ਗਈ ਹੈ ਪੁਆਇੰਟ ਕਹਿੰਦੇ ਅਜੇ ਆਪਣੀ ਟੀਮ ਦੇ ਸੇ ਜੋੜ ਗਿਆ ਰੇਡ ਸੁੱਖ ਦੀ ਬੋਲ ਬਰਿੰਦਰ ਦੀ ਉਹ ਕਹਿੰਦੇ ਹਰਦਾਸੇ ਵਾਲਾ ਸੁੱਖ ਰੇਡ ਪਾਵੇਗਾ ਖੇਡ ਦੇ ਮੈਦਾਨ ਦੇ ਵਿੱਚ ਸੁੱਖ ਕਹਿੰਦੇ ਕਬੱਡੀ ਪਾਵੇਗਾ ਕਿ ਜਿਹੜੇ ਕੰਮ ਦੇਣੇ ਹੱਥ ਯਾਰੋ ਟਾਈਆਂ ਨਹੀਂ ਉਹ ਬੰਨਦੇ ਤੇ ਘੁੱਗੀ ਦੇ ਆਂਡਿਆਂ ਚੋਂ ਬਾਜ਼ ਨਹੀਂ ਉਹ ਜੰਮਦੇ ਘੁੱਗੀ ਦੇ ਆਂਡਿਆਂ ਚੋਂ ਬਾਜ਼ ਨਹੀਂ ਉਹ ਜੰਮਦੇ ਉਹ ਕਹਿੰਦੇ ਹਰਦਿਆਲ ਦਾ ਵੀਰ ਕਬੱਡੀ ਪਾ ਰਿਹਾ ਹੈ ਤੇ ਟੱਕਰ ਪ੍ਰੀਤ ਉਹ ਲੱਡੂ ਵਾਲਾ ਬੱਲੇ ਬੱਲੇ ਫੜਿਆ ਗਿੱਟਾ ਤੇ ਲੱਗਾ ਜੱਫਾ ਇਹ ਆ ਕਹਿੰਦੇ ਲੱਡੂ ਵਾਲਾ ਪ੍ਰੀਤ ਮੇਰੇ ਮਿੱਤਰੋ ਐਨ ਕਹਿੰਦੇ ਤਕੜਾ ਜੱਫਾ ਲਾ ਬੱਲੇ ਬੱਲੇ ਕਰਾ ਗਿਆ ਸੂਬੇਦਾਰ ਸਰਦਾਰ ਅਮਰਜੀਤ ਸਿੰਘ ਜੀ ਭੂਰਿਆਂ ਵਾਲੇ ਕਹਿੰਦੇ ਪ੍ਰੀਤ ਦੇ ਜੱਫੇ ਦਾ 200 ਐਨ ਭਰਾ ਨੇ ਸ਼ੁਰੂਆਤ ਕਰਤੀ ਆ ਭੂਰਿਆਂ ਤੋਂ ਆ ਕੇ ਔਰ ਸਾਹਮਣੇ ਕਹਿੰਦੇ ਨੌਜਵਾਨ ਇਧਰਲੇ ਬੰਨੇ ਬੰਗਲਾ ਰਾਏ ਪਿੰਡ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਐਨ ਸਿਰੇ ਦੀ ਟੱਕਰ ਦੋ ਟੀਮਾਂ ਦੇ ਦਰਮਿਆਨ ਹੈ ਕਿ ਮੈਗੀਆਂ ਨਾਲ ਕਦੋਂ ਭਲਵਾਨ ਰੱਜਦੇ ਤੇ ਜਹਾਜ਼ਾਂ ਨੂੰ ਮਿੱਤਰੋਂ ਨਹੀਂ ਰੋੜੇ ਵੱਜਦੇ ਅੜੇ ਨਾ ਪੜਾਕੂ ਮੂਰੇ ਕਦੇ ਡਿਗਰੀ ਤੇ ਚੋਰਾਂ ਮੂਰੇ ਅੜਦੇ ਨਹੀਂ ਜਿੰਦੇ ਸੋਹਣਿਆ ਕਿ ਮਾਵਾਂ ਦੀ ਜੋ ਛਾਤੀ ਵਿੱਚੋਂ ਮਿਲਦੀ ਦਲੇਰੀ ਤੇ ਉਹ ਪੈਕਟਾਂ ਦੇ ਦੁੱਧ ਕਿੱਥੇ ਦਿੰਦੇ ਸੋਹਣਿਆ ਮਾਵਾਂ ਦੀ ਜੋ ਛਾਤੀ ਵਿੱਚੋਂ ਮਿਲਦੀ ਦਲੇਰੀ ਉਹ ਸਿੱਖ ਸਰਦਾਰ ਮੁੰਡਾ ਕਹਿੰਦੇ ਰੇਡ ਪਾਵੇਗਾ ਕੱਸਾਂ ਵਾਲਾ ਕਹਿੰਦੇ ਅਮਰ ਕਬੱਡੀ ਪਾਵੇਗਾ ਜੋਧਾ ਬੜਾ ਤਕੜਾ ਖੜਕਾ ਦੜਕਾ ਘੱਟ ਹੁੰਦਾ ਖੜਕਾ ਦੜਕਾ ਘੱਟ ਹੁੰਦਾ ਪਾਕਿਸਤਾਨ ਵੱਲ ਵੀ ਕੱਪ ਕਰਾਈ ਜਾਂਦੇ ਆ ਖੜਕਾ ਦੜਕਾ ਉੱਥੇ ਵੀ ਵੱਡਾ ਹੁੰਦਾ ਆਓ ਸਾਹਮਣੇ ਹੋਏ ਦੋ ਨੰਬਰ ਤੋਂ ਵੱਧ ਕੇ ਆਹ ਬੱਲੇ 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 ਪਿੰਦਿਆ ਮੁੰਡੇ ਦਾ ਨਾਂ ਪੁੱਛ ਕੇ ਦੱਸੀ ਜਿਹਨੇ ਟਰੱਕ ਮੂਧਾ ਕਰਤਾ ਮੈਨੂੰ ਲੱਗਦਾ ਫੜ ਕੇ ਪਿੰਦਿਆ ਦਾ ਨਾਂ ਦੱਸ ਮੁੰਡੇ ਦਾ ਐਨ ਸਿਰੇ ਦੀ ਟੱਕਰ ਨਵੀਂ ਜੀ ਉਮਰ ਦਾ ਮੁੰਡਾ ਕਹਿੰਦੇ ਕਮਾਲ ਕਰ ਗਿਆ ਤਕੜਾ ਜੱਫਾ ਲੱਗ ਗਈ ਜਸ਼ਨ ਜਸ਼ਨ ਫੈਲੋ ਕੇ ਵਾਲਾ ਜਸ਼ਨ ਮਨਾਏ ਜਾਣਗੇ ਵਾਹ ਓਏ ਜਸ਼ਨ ਐਨ ਉਹ ਜੇ ਕੱਲੇ ਕੱਲੇ ਦੋ ਨਹੀਂ ਫੜ ਹੁੰਦਾ ਸਾਰੇ ਫੜ ਲੋ ਆਹ ਮੰਨੇ ਦੀ ਕਬੱਡੀ ਪੈ ਗਈ ਹੈ ਆਹ ਮੰਨੇ ਦੀ ਰੇਡ ਪੈ ਗਈ ਰਿਸ਼ਪਾਲ ਆਓ ਸਾਹਮਣੇ ਪੁਆਇੰਟ ਮੰਨੇ ਦਾ ਮੰਨਾ ਕਿੱਥੇ ਸਿੰਗਲ ਟੱਚ ਡਬਲ ਟੱਚ ਪਤੰਦਰ ਦੀਆਂ ਬਾਹਾਂ ਕੱਦ ਕਹਿੰਦੇ 6.25 ਫੁੱਟ ਹੈ ਬਾਂਹ ਕੌਰ ਖੜੀ ਕਰਦਾ 10 ਫੁੱਟ ਤੇ ਲੈ ਜਾਂਦਾ ਐਨ ਕਹਿੰਦੇ ਨੌਜਵਾਨ ਉਧਰਲੇ ਬੰਨੇ ਮਾਵਾਂ ਕਹਿੰਦੇ ਬਿਰਲੇ ਪੁੱਤ ਜੰਮਦੀਆਂ
ਮਾਂ ਮੁੰਡਾ ਜੰਮੇ ਤਾਂ ਇੱਦਾਂ ਦਾ ਜੰਮੇ ਭਲਾ ਦੋ ਘੰਟੇ ਲੇਟ ਜੰਮ ਦੇਵੇ। ਆਓ ਸਾਹਮਣੇ ਪੈਂਦੀ ਹੋਈ ਰੇਡ, ਆਓ ਫਰੰਦੀਪੁਰੀਆ ਗੋਪੀ ਯਾਦ ਸੁਖਮਣ ਦੀ ਆ ਗਈ ਹੈ, ਯਾਦ ਸੁਖਮਣ ਦੀ ਆ ਗਈ ਹੈ। ਹੁਣ ਦੇਖੋ ਆ ਨਜ਼ਾਰਾ ਦੁਨੀਆ ਚਾਹੁੰਦੀ, ਆ ਨਜ਼ਾਰਾ ਦੁਨੀਆ ਚਾਹੁੰਦੀ, ਆ ਨਜ਼ਾਰਾ ਦੁਨੀਆ ਚਾਹੁੰਦੀ, ਆ ਨਜ਼ਾਰਾ ਦੁਨੀਆ ਚਾਹੁੰਦੀ ਹੈ। ਆਓ ਸਾਹਮਣੇ ਤਾਬਾ ਕਹਿੰਦਾ ਮੁੱਕੀਆਂ 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 ਮੁੱਕੀਆਂ, ਗੱਲ ਮੁਕਾ ਲਈਏ ਬਸ ਤਾਬਿਆ, ਰਮਲੇ ਦੇ ਕਹਿਣੋਂ ਗੱਲ ਦਾ ਖਹਿੜਾ ਛੱਡੀ ਦਾ, ਬੜਾ ਨਜ਼ਾਰਾ ਆਉਂਦਾ ਲੋਕੋ ਮਾਂ ਖੇਡ ਕਬੱਡੀ ਦਾ। ਤਾਬਿਆ ਜ਼ਮੀਨ ਬਣਾਉਣੀ ਹੈ ਗੋਪੀ, ਨਾ ਵੀ ਏਦਾਂ ਨੀ ਪਿਆਰ ਦੇ ਨਾਲ, ਪਿਆਰ ਦੇ ਨਾਲ ਗੁੱਪ ਗਲਾੜਤੀਆਂ ਸਕੰਡਾਂ 'ਚ ਕੱਢ ਲਿਆ ਕਰੋ ਢੇਰੀਆਂ ਤੋਂ ਪਿੱਛੇ ਪਿੱਛੇ, ਪਲੀਜ਼ ਮੇਰੀ ਬੇਨਤੀ ਹੈ ਨਾ ਏਦਾਂ ਨੀ ਪਿਆਰ ਨਾਲ ਹੀ। ਦੋਵੇਂ ਪਲੇਅਰ ਵਧੀਆ ਸੀਨੀਅਰ ਖਿਡਾਰੀ ਹੈ। ਲਓ ਸਿੰਮੂ ਦੀ ਰੇਡ ਬਰਿੰਦਰ ਕਰ ਗੱਲ, ਉਹ ਕਹਿੰਦੇ ਸਿੰਮੂ ਰੇਡ ਪਾ ਰਿਹਾ ਕੰਗ ਕੱਲੇ ਪਿੰਡ ਵਾਲਾ, ਸੋਨੀ ਨੌਜਵਾਨਾਂ ਤਿਆਰੀ ਫੜਦਾ, ਡੀ ਪੀ ਸੰਧੂ ਆਏ ਹੈ ਅੱਜ ਕਹਿੰਦੇ ਟੀਮ ਲੈ ਕੇ ਪੁੱਜੇ ਹੈ। ਔਰ ਰੇਡ ਕਹਿੰਦੇ ਪੈ ਗਈ ਹੈ ਸਿੱਖ ਸਰਦਾਰ ਦੀ, ਉਹ ਲੋਪੋ ਵਾਲਾ ਨਿਰਮਲ ਦੇ ਪਿੰਡਾਂ ਦਾ ਉਹ ਕਰਦਾ ਸਾਹਮਣੇ, ਨਿਰਮਲ ਦੇ ਪਿੰਡਾਂ ਕੋਲੇ ਪਿੰਡ ਯੋਧਿਆ ਜਾਫੀ ਕਾਹਦਾ ਉੱਡਣਾ ਪ੍ਰਿੰਡ ਯੋਧਿਆ, ਮੈਨੂੰ ਲੱਗਦਾ ਟੀਨਾ ਵਾਧਾ ਹੋਇਆ ਕਿ ਕਬੱਡੀ ਪਾਉਣ। ਪੰਜਾਬ ਪੁਲਿਸ ਵੀ ਆ ਗਈ ਆ ਮੈਦਾਨ ਦੇ ਵਿੱਚ। ਡੀ ਪੀ ਸਾਹਿਬ ਮੈਂ ਕਿਹਾ ਸੀਗਾ ਮੈਚ ਦੇ ਨਿਬੇੜੇ ਕਿਸੇ ਗੱਲ ਨਾ ਹੋਣਗੇ, ਇਹ ਮੈਚ ਦੇ ਨਿਬੇੜੇ ਕੀਤਿਆ ਕਿਸੇ ਗੱਲ ਨਾ ਹੋਣਗੇ। ਦੋਵੇਂ ਟੀਮਾਂ ਭਾਰੀਆਂ ਨੇ, ਦੋਵੇਂ ਖਿਡਾਰੀ ਕਹਿੰਦੇ ਸਿਰੇ ਦੇ ਪੁੱਜੇ ਹੋਏ ਆ, ਖੜਕਾ ਦੜਕਾ ਕਰਦੇ ਰਹਿਣਾ ਕੰਮ ਪੰਜਾਬੀਆਂ ਦਾ। ਕਾਲਮਾ ਵਾਲਿਆ ਚੱਕ ਲੈ ਕਮਾਨ, ਪਾਲਾ ਤੀਰ ਤੇ ਪੁਆਇੰਟ, ਆਓ ਰੇਡਰ ਦੇ ਹਿੱਸੇ ਜੁੜ ਗਿਆ। ਅਗਲੀ ਰੇਡ ਕਹਿੰਦੇ ਕੰਗ ਕੱਲੇ ਵਾਲੇ ਸਿੰਮੋ ਨੇ, ਆਓ ਠੰਡੇ ਠਾਰ ਪਾਣੀ ਦੀ ਘੁੱਟ ਭਰ ਲਈ ਹੈ, ਪਰ ਰੇਡ ਅਜੇ ਨੇ ਪਾਉਣੀ ਹੈ ਕਿ ਜਾਂ ਤਾਂ ਮੇਰੇ ਯਾਰ ਦਾ ਪਿਆ ਦੇ ਜੂਠਾ ਪਾਣੀ ਕਿ ਜਿਹਨੂੰ ਪੀ ਕੇ ਹੋ ਜਾ ਠੰਡੀ ਸੀਤ, ਸਖੀਏ ਸਹੇਲੀਏ ਗੁਰਾਂ ਦੀ ਚੇਲੀਏ, ਉਹ ਜਾਂਦੀ ਕਿਉਂ ਨੀ ਕਾਲਜੇ ਚੋਂ ਚੀਸ। ਇਹ ਵੀ ਮੁੰਡਾ ਕਹਿੰਦੇ ਕਬੱਡੀਆਂ ਸਿਰੇ ਦੀਆਂ ਪਾਉਂਦਾ ਅਜੇ ਕਾਲਮਾ ਵਾਲਾ, ਫਤਿਹਾਬਾਦੀ ਕੰਮੋ ਹੋਰਾਂ ਦੇ ਪਿੰਡਾਂ ਦਾ, ਆਓ ਗੱਭਰੂ ਕਬੱਡੀ ਪਾਉਣ ਲਈ ਵਧਿਆ ਹੋਇਆ ਹੈ। ਗੁਰਬਖਸ਼ ਸਿੰਘ ਜੀ ਡੀ ਪੀ ਸਾਹਿਬ ਦੀ ਟੀਮ ਹੈ, ਨਾਲ ਭਰਾ ਰਿੰਕੂ ਪਟਵਾਰੀ ਹੈ, ਔਰ ਪੁਆਇੰਟ ਜਿਹੜਾ ਕਹਿੰਦੇ ਖੰਡੂਰ ਸਾਹਿਬ ਦੇ ਹਿੱਸੇ ਜੁੜ ਗਿਆ। ਅਗਲੀ ਰੇਡ ਅਮਰ ਦੀ ਤੇ ਬੋਲ ਵਰਿੰਦਰ ਦੀ, ਆਓ ਅਮਰ ਕਹਿੰਦੇ ਕੱਸਾ ਵਾਲਾ ਰੇਡ ਪਾਵੇਗਾ ਖੇਡ ਦੇ ਮੈਦਾਨ ਦੇ ਵਿੱਚ, ਮੁੰਡੇ ਦਾ ਕਹਿੰਦੇ ਸਰੀਰ ਸਾਂਭਿਆ ਹੋਇਆ ਹੈ, ਖੇਡ ਸੋਹਣੀ ਹੈ ਕਿ ਮੁੱਲ ਪੈਣ ਸਰੀਰਾਂ ਦੇ ਜਿਹਨਾਂ ਲਾਈਆਂ ਮਿਹਨਤਾਂ ਉੱਠ ਕੇ ਧੰਨ ਜ਼ੋਰ ਜਵਾਨਾਂ ਦਾ। ਉਧਰਲੇ ਬੰਨੇ ਪ੍ਰੀਤ ਲੱਦੂ ਵਾਲੇ ਦੇ ਜੱਫੇ ਦਾ ਸਾਡਾ ਭਰਾ ਮਲਕੀਤ ਸਕੱਤਰਾ ਤੇ ਸ਼ੇਰਾ ਸਕੱਤਰਾ, ਨਾਲ ਸੂਬੇਦਾਰ ਅਮਰਜੀਤ ਸਿੰਘ ਜੀ ਭੂਰਿਆਂ ਵਾਲੇ ਕਹਿੰਦੇ ਆ ਲੈ ਵੀ ਪ੍ਰੀਤ ਤੇਰੇ ਜੱਫੇ ਦਾ 600, ਤੇਰੇ ਜੱਫੇ ਦਾ 600 ਹੋ ਗਿਆ। ਲਓ ਸਿੰਧੂ ਬੰਗਲਾ ਰਾਏ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ, ਸੁੱਖਿਆ ਖੜਕਾ ਦੜਕਾ ਕਰਨਾ ਪੈਣਾ, ਸੰਗਤ ਟਿਕੀ ਹੋਈ ਹੈ। ਕਾਬਲ ਦੀ ਸਾਉਂਡ ਕਹਿੰਦੇ ਆਪਣੀ ਜੰਮਣ ਪਹੁੰਚਦੇ ਭਰਾ ਦਾ ਵੱਡਾ ਮਾਨ ਹੈ, ਪੰਜਾਬ ਦੀ ਮੰਨੀ ਪ੍ਰਮੰਨੀ ਸਾਉਂਡ ਹੈ। ਆਓ ਸਾਹਮਣੇ ਲੱਗਦਾ ਸਿੰਧੂ ਭਜਾਤਾ, ਆਓ ਸਿੰਧੂ ਭਜਾਤਾ। ਅਗਲੀ ਰੇਡ ਓਏ ਕਲੰਜਰ ਵਾਲਿਓ, ਹੋਰ ਦੱਸੋ ਰੌਲਾ ਪਾ ਕੇ, ਆਹ ਦੁਨੀਆ ਚਾਹੁੰਦੀ ਆ ਅੰਦਰੋਂ ਅੰਦਰੀ, ਦੁਨੀਆ ਚਾਹੁੰਦੀ ਆ ਵੀ ਕਿਤੇ ਗੋਪੀ ਲੱਗ ਜੇ। ਹੋਏ 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 ਫੈਸਲੇ 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 ਫੈਸਲੇ, 600 ਦਾ ਜੱਫਾ, ਪਿਆਰ ਨਾ ਪਿਆਰ ਨਾ ਪਿਆਰ ਨਾ, ਆਹ 600 ਇਕੱਠਾ ਕਰੋ ਜੀ, ਆਹ 600 ਇਕੱਠਾ ਕਰੋ ਜੀ, ਜ਼ਰੂਰ ਗਰਾਊਂਡ ਦੇ ਵਿੱਚ ਪੈਸੇ ਪੁੱਜਦਾ ਕਰਦੀ ਹੈ। ਕਬੱਡੀ ਦਾ ਗੁਰਦਾਸ ਮਾਨ ਆ ਗਿਆ ਹੈ, ਖੁੱਬੀ ਪੱਟ ਖੜਾ, ਮੁੰਡਿਆ ਬਦਲਾ ਲੈਣਾ ਪੈਣਾ ਹੈ, ਇੱਕੀਆਂ ਦੀ 31 ਮੋੜਨੀ ਪੈਣੀ ਹੈ, ਜਾਂ ਕਹਿੰਦੇ ਰਿਸ਼ਪਾਲ ਨੂੰ ਉਹ ਟੱਕਰ ਵੀ ਕਹਿੰਦੇ ਰਿਸ਼ਪਾਲ ਦੇ ਨਾਲ ਦੇ ਪੁਆਇੰਟ। ਰੇਡਰ ਦਾ ਨੰਬਰ ਧਾਵੀ ਦਾ, ਪ੍ਰੀਤ ਦਾ 600 ਪੁੱਜਦਾ ਕਰਦੀ ਗਰਾਊਂਡ ਦੇ ਵਿੱਚ, ਮੈਚ ਸਮਾਪਤ। ਪਤੰਦਰਾਂ ਨੇ ਪੈਸੇ ਲਾਏ, ਮੈਚ ਹੀ ਮੁਕਾਤਾ, 200 ਹੋਰ ਦੇ ਦਿਓ ਜੀ, 600 ਲੱਗਾ ਸੀਗਾ, 200 ਲਾਏ ਕਿ 100 ਲਾ, 200 ਹੀ ਲਾਇਆ ਸੀ ਪਿੰਦੇ ਬਾਈ, 200 ਬਾਈ ਅਮਰਜੀਤ ਲਾਇਆ ਸੀਗਾ, ਉਹ ਨਾ 2 ਸੀਗੇ ਅਤੇ ਰੁਪਈਆ 200 ਸੀਗਾ ਬਾਈ। ਕਿੰਨੇ ਕਿੰਨੇ ਪੁਆਇੰਟ ਲੈ ਕੇ ਕਿਹੜੀ ਟੀਮ ਜੇਤੂ ਰਹੀ ਹੈ, ਦੋ ਟੀਮਾਂ ਦਾ ਦਿਲ ਦੀਆਂ ਕਰਾਈਆਂ ਜੋ ਧੰਨਵਾਦ ਹੈ। ਇਹਦੇ ਵਿੱਚੋਂ ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਕਲੱਬ ਖੰਡੂਰ ਸਾਹਿਬ ਜੇਤੂ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਬੱਡੀ ਕਲੱਬ ਤੋਤਾ ਸਿੰਘ ਵਾਲਾ ਉਪ ਜੇਤੂ, ਸਾਰੀ ਪ੍ਰਬੰਧ ਕਮੇਟੀ ਦਾ, ਸਾਰੇ ਦਰਸ਼ਕ ਵੀਰਾਂ ਦਾ, ਔਰ ਕਾਬਲ ਦੀ ਸਾਉਂਡ ਦਾ, ਨਿਸ਼ਾਨ ਢਿੱਲੋਂ ਬੈਰੀਗੇਡ ਦਾ ਅਤੇ ਨਾਲ ਸਾਡੇ ਭਰਾ ਮਾਲਵਾ TV.com ਦਾ ਦਿਲ ਦੀਆਂ ਕਰਾਈਆਂ ਜੋ ਧੰਨਵਾਦ, ਗੁਰਦੁਆਰਾ ਸਾਰੀ ਪ੍ਰਬੰਧ ਕਮੇਟੀ ਦਾ, ਸਾਰੇ ਵੀਰਾਂ ਦਾ। ਜੇ ਕਿਸੇ ਦੀ ਸ਼ਾਨ ਦੇ ਖਿਲਾਫ
कुछ गलत बोलिया गया तो माफी चाहवांगे। पिंदे मीरपुरीए का, फरंदीपुरीए गोपी का, गुरबख्शीस डीपी का, रिंकू पटवारी साहब का, उन्हां दी सारी टीम का, सारे प्लेयर का, परमात्मा इन्हां नूं चढ़दी कला विच रखे। इस तरह साडी मां खेड कबड्डी का मान बने रहन। ये साडे भरा और 16 तरीक नूं बागे पुराने विच साडा भरा कहिंदे गुरजंट इंग्लैंड तों सदे दे रहा है। बहुत बहुत धन्यवाद। इस दे नाल ही वाहिगुरू जी का खालसा वाहिगुरू जी की फतेह। उधर कहिंदे 16 नूं ताजे चक रौनक लगनगियां, भोलू का पिंड है। 19 तरीक नूं कहिंदे मस्तगढ़ ते 23 नूं कहिंदे उधर काके नूं साडे वीर सदे दिंदे है। जे किसी की शान के खिलाफ कुछ शब्द वध घट बोले गए तो माफ़ी चाहेंगे। मालवा टीवी .com का धन्यवाद। तो कहिंदे काबल की साउंड प्यारी है कि उठते बहिंदे शाम सवेरे कहिंदे बख्शन आ रहा बख्श ली तेनू बख्शन आ रहा कहिंदे वाहिगुरू जी का खालसा वाहिगुरू जी की फतेह। Yeah.